ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਜਿਹੜੇ ਦੇਸ਼ ਪ੍ਰਦੇਸ਼ ਨੂੰ ਪਿਆਰ ਦਿੰਦੇ ਆ। ਸਤਿ ਸ਼੍ਰੀ ਅਕਾਲ ਸਾਰਿਆਂ ਉਹਨਾਂ ਬੱਚਿਆਂ ਦਾ ਜਿਹੜੇ ਇਸ ਸ਼ੋਅ ਨੂੰ ਦੇਖ ਕੇ ਆਪਣੀ ਨੌਲੇਜ ਲੈਂਦੇ ਆ। ਅੱਜ ਖਾਸ ਇਸ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਆਪਣਾ ਦੋਸਤ ਅਮਨ ਹਾਜ਼ਰ ਹੈ ਫਿਰ ਲੈ ਕੇ ਪ੍ਰੋਗਰਾਮ। ਕੋਸ਼ਿਸ਼ ਇਹ ਰਹੇਗੀ ਅੱਜ ਇਸ ਸ਼ੋਅ ਦੇ ਵਿੱਚ ਜਿਹੜੇ ਵੀ ਬੱਚੇ ਨਿਊਜ਼ੀਲੈਂਡ ਨੂੰ ਲੈ ਕੇ ਕੁਝ ਡਾਊਟਫੁੱਲ ਨੇ, ਕਨਫਿਊਜ਼ਨਸ ਨੇ, ਉਹਨਾਂ ਨੂੰ ਉਹਨਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਜਾ ਸਕੇ। ਔਰ ਖਾਸ ਕਰ ਕੈਨੇਡਾ ਨੂੰ ਲੈ ਕੇ ਕਿਹੜੀ ਕਿਹੜੀ ਬੱਚੇ ਨੂੰ ਅੱਜ ਹੀ ਅਵੇਅਰਨੈਸ ਨਾਲ ਚੱਲਣਾ ਚਾਹੀਦਾ ਤਾਂ ਕਿ ਅੱਗੋਂ ਜਾ ਕੇ ਆਪਣਾ ਵੀਜ਼ਾ ਲੈ ਪਾਉਣ, ਉਹਨਾਂ ਬਾਰੇ ਡਿਸਕਸ਼ਨ ਕਰਾਂਗੇ। ਡਿਸਕਸ਼ਨ ਕਰਨ ਦੇ ਲਈ ਮੇਰੇ ਨਾਲ ਖਾਸ ਮੌਜੂਦ ਜਿਹੜੇ ਅੱਜ ਐਕਸਪਰਟ ਨੇ ਉਹਨੇ ਜੀ ਐਜੂ ਐਡਵਾਈਜ਼ਰ ਤੋਂ ਉਹਨਾਂ ਦੇ MD ਸੰਦੀਪ ਜੀ, ਪਹਿਲੇ ਸਵਾਗਤ ਕਰਦੀ ਉਹਨਾਂ। ਸੰਦੀਪ ਮੈਂ ਬਹੁਤ ਬਹੁਤ ਸਵਾਗਤ, ਥੋੜ੍ਹਾ ਜਿਹਾ ਤੁਸੀਂ ਪਹਿਲੀ ਵਾਰੀ ਸਾਡੇ ਐਕਸਪਰਟਸ ਇੱਥੇ ਆਏ ਹੋ, ਮੈਂ ਇਹ ਪਹਿਲੇ ਤਾਂ ਤੁਹਾਡਾ ਧੰਨਵਾਦ ਤੁਸੀਂ ਸਾਡਾ ਕਬੂਲ ਕੀਤਾ। ਸੈਕੰਡਲੀ ਮੈਂ ਥੋੜ੍ਹਾ ਐਜ ਐਡਵਾਈਜ਼ਰ ਬਾਰੇ ਆਪਣੇ ਦਰਸ਼ਕਾਂ ਲਈ ਪੁੱਛਣਾ ਚਾਹੁੰਦਾ। ਐਡ ਐਡਵਾਈਜ਼ਰ ਬੇਸਿਕਲੀ ਸਿੰਗਲ ਰੋਲ ਕੰਪਨੀ ਹੈ। ਰੀਸੈਂਟਲੀ ਆਈ ਹੈਵ ਸਟਾਰਟਡ। ਪਹਿਲੇ ਇਹ ਹੈਗਾ ਸੀ ਕਿ ਮੈਂ ਅਰਲੀਅਰ ਦੂਸਰੀ ਕੰਪਨੀ ਦੇ ਨਾਲ ਜੁਆਇੰਟ ਉਹਦੇ 'ਚ ਹੈਗੀ ਸੀ। ਰੀਸੈਂਟਲੀ ਇਹਨੂੰ ਅਸੀਂ ਸਟਾਰਟ ਕੀਤਾ ਹੈ ਸਿਰਫ ਇਸ ਕਰਕੇ ਕਿ ਇੱਕ ਜਸਟ ਟੂ ਐਡਵਾਈਸ ਸਟੂਡੈਂਟ ਇਹ, ਕਿਉਂਕਿ ਦਿੱਲੀ ਤੋਂ ਬੈਠ ਕੇ ਤੁਸੀਂ ਆ ਰਹੇ ਹੋ 6 ਮਹੀਨੇ ਬਾਅਦ, 2 ਮਹੀਨੇ ਬਾਅਦ, 1 ਮਹੀਨੇ, ਤੁਸੀਂ ਕਹਿੰਦੇ ਕਿ ਅਸੀਂ ਮਹੀਨੇ ਬਾਅਦ ਚੱਕਰ ਲਗਾ ਰਹੇ ਹਾਂ, ਲੇਕਿਨ ਉਹ ਸਟੂਡੈਂਟ ਜਿਹੜਾ ਉਸ ਟਾਈਮ ਅਵੇਲੇਬਲ ਨਹੀਂ ਹੈ, ਉਹ ਨਹੀਂ ਆ ਸਕਿਆ, ਫਿਰ ਤੁਸੀਂ ਤੁਹਾਡੇ ਸਟੂਡੈਂਟ ਨੂੰ ਕੀ ਹੁੰਦਾ ਕਿ ਉਹ ਹਮੇਸ਼ਾ ਕਾਉਂਸਲਰ ਦੇ ਚੱਕਰ 'ਚ ਰਹਿ ਜਾਂਦਾ। ਉਹਨੂੰ ਤੁਸੀਂ ਉਹਨੂੰ ਅਗਰ ਡਾਇਰੈਕਟ ਐਡਵਾਈਸ ਲੈਣੀ ਹੈ ਤਾਂ ਜਾਂ ਤਾਂ ਉਹ ਫੋਨ 'ਤੇ ਐਡਵਾਈਸ ਲੈ ਰਿਹਾ ਜਾਂ ਅਤੇ ਉਹ ਇਸ ਕਰਕੇ ਫਿਰ ਮੈਂ ਆਈ ਮਾਈ ਸੈਲਫ ਰਨ ਟੂ ਜਲੰਧਰ ਕਿ ਠੀਕ ਹੈ ਜਲੰਧਰ ਬੈਠ ਕੇ ਸਾਹਮਣੇ ਸਟੂਡੈਂਟ ਦੇ, ਸਟੂਡੈਂਟ ਅਗਰ ਅੱਜ ਨਹੀਂ ਆ ਰਿਹਾ ਤਾਂ ਕੱਲ੍ਹ ਆ ਜਾਏ, ਕੱਲ੍ਹ ਨਹੀਂ ਆ ਰਿਹਾ ਤਾਂ ਪਰਸੋਂ ਆ ਜਾਏ, ਬਿਕੋਜ਼ ਮੈਂ ਤਾਂ ਉੱਥੇ 6 ਦਿਨ ਬੈਠਾ ਰੋਜ਼ ਆਫਿਸ 'ਚ, ਅਤੇ ਉਹ ਕਿਸੇ ਵੀ ਦਿਨ ਕਿਸੇ ਵੀ ਟਾਈਮ ਮੈਨੂੰ ਮਿਲ ਸਕਦਾ। ਇੱਕ ਇਹ ਇਹ ਰੀਜ਼ਨ ਸੀ ਇਸ ਕੰਪਨੀ ਨੂੰ ਇੱਕ ਦਿੱਲੀ ਤੋਂ ਜਲੰਧਰ ਲੈ ਕੇ ਆਉਣ ਦਾ, ਦਿੱਲੀ ਤੋਂ ਜਲੰਧਰ ਲੈ ਕੇ ਆਉਂਦਾ ਔਰ ਖੋਲਣ ਦਾ ਵੀ ਬੇਸਿਕਲੀ। ਦਿੱਲੀ ਜਿਵੇਂ ਅਸੀਂ ਹਮੇਸ਼ਾ ਗੱਲ ਕਰਦੇ ਹਾਂ, ਦਿੱਲੀ ਦੇ ਸਟੂਡੈਂਟ ਦੀ ਪ੍ਰੋਫਾਈਲ ਤੇ ਪੰਜਾਬ ਦੇ ਸਟੂਡੈਂਟ ਦੀ ਪ੍ਰੋਫਾਈਲ ਦੇ ਵਿੱਚ ਫਰਕ ਹੈ, ਉਹਨਾਂ ਦੀ ਸੋਚ ਦੇ ਵਿੱਚ ਫਰਕ ਹੈ। ਬਹੁਤ ਫਰਕ ਹੈ ਜੀ, ਬਹੁਤ ਫਰਕ ਹੈ। ਤੇ ਤੁਹਾਨੂੰ ਪੰਜਾਬ ਦਾ ਸਟੂਡੈਂਟ ਬਹੁਤ ਗੁਰਮੁਰਾ ਹੈਗਾ, ਉਹਨੂੰ ਉਹਨੂੰ ਅਸੀਂ ਜਿੰਨਾ ਮਰਜ਼ੀ ਕਹਿੰਦੇ ਹਾਂ ਕਿ ਤੂੰ ਵੈਬਸਾਈਟ ਚੈੱਕ ਕਰ, ਤੂੰ ਹਾਈ ਕਮਿਸ਼ਨ ਦੀ ਵੈਬਸਾਈਟ ਚੈੱਕ ਕਰ, ਤੂੰ ਕਾਲਜ ਦੀ ਵੈਬਸਾਈਟ ਚੈੱਕ ਕਰ, ਫਿਰ ਵੀ ਆਈ ਡੋਂਟ ਨੋ ਵਾਈ ਸਟੂਡੈਂਟ ਜਿਹੜਾ ਹੈ ਏਜੰਟਾਂ ਤੇ, ਮਤਲਬ ਉਹਨਾਂ ਦੇ ਕਹਿਣ ਦੇ ਉੱਤੇ ਹੀ ਚੱਲੀ ਜਾ ਰਿਹਾ। ਉਹਨੇ ਕਿੱਸਾ ਚੱਲ ਰਿਹਾ, ਮੇਰੇ ਮਾਮੇ ਦੇ ਮੁੰਡੇ ਨੇ ਵੀਜ਼ਾ ਲਵਾਇਆ ਸੀ, ਮੈਂ ਵੀ ਸੋਚਿਆ ਮੈਂ ਉਹਨਾਂ ਕੋਲ ਚੱਲਾਂ। ਤੁਸੀਂ ਇਹ ਨਹੀਂ ਦੇਖ ਰਹੇ ਹੋ ਮਾਮੇ ਦੇ ਮੁੰਡੇ ਦਾ, ਹੋ ਸਕਦਾ ਪ੍ਰੋਫਾਈਲ ਅੱਛਾ ਹੋਏ, ਉਹ ਡਾਇਰੈਕਟ ਲਗਵਾ ਲੈਂਦਾ ਤਾਂ ਵੀ ਉਹਦਾ ਵੀਜ਼ਾ ਆ ਜਾਣਾ ਸੀ, ਹੋ ਸਕਦਾ ਇੱਦਾਂ। ਤੁਸੀਂ ਇਸ ਨਹੀਂ ਕਹਿ ਸਕਦੇ ਕਿ XYZ ਦਾ ਵੀਜ਼ਾ ਕਿਸੇ ਇੱਕ ਏਜੰਟ ਤੋਂ ਆਇਆ ਹੈ ਅਤੇ ਸਾਰੇ ਹੀ ਸਟੂਡੈਂਟ ਦਾ ਵੀਜ਼ਾ ਉਹਦੇ ਤੋਂ ਆ ਜਾਏਗਾ, ਕਿਉਂਕਿ ਸਮ ਟਾਈਮ ਇਹ ਹੁੰਦਾ ਹੈ ਕਿ ਤੁਹਾਡੀ ਫਾਈਲ 'ਤੇ ਵੀ ਹੈਵ ਟੂ ਲਿਟਲ ਬਿਟ ਡੂ ਅ ਵਰਕ, ਲਾਈਕ ਵਰਕ ਇਨ ਦਾ ਸੈਂਸ ਕਿ ਤੁਹਾਡਾ ਸ਼ਾਇਦ ਹੋ ਸਕਦਾ 6 ਮਹੀਨੇ ਦਾ ਗੈਪ ਹੋਏ, ਤੁਹਾਡਾ ਹੋ ਸਕਦਾ 1 ਸਾਲ ਦਾ ਗੈਪ ਹੋਏ, 2 ਸਾਲ ਦਾ ਗੈਪ ਹੋਏ। ਸਾਨੂੰ ਉਸ ਟਾਈਮ 'ਤੇ ਸਟੂਡੈਂਟ ਨੂੰ ਦੱਸਣਾ ਪੈਂਦਾ ਕਿ ਤੈਨੂੰ ਇੱਥੇ ਡਿਕਲੇਅਰ ਕਰਨਾ ਪਏਗਾ ਤੇਰਾ ਗੈਪ ਕਿਉਂ ਹੈ। ਸਮਟਾਈਮਸ ਏਜੰਟ ਕੀ ਕਰਦੇ ਆ, ਉਹ ਕਹਿੰਦੇ ਡਿਕਲੇਅਰ ਕੀ ਕਰਨਾ, ਚੱਲ 6 ਮਹੀਨੇ ਦਾ ਇੱਕ ਸਰਟੀਫਿਕੇਟ ਦੇ ਦਿੰਦੇ ਨਾ ਉਸ ਸਕੂਲ ਤੋਂ, ਉਸ ਬੰਦੇ ਤੋਂ, ਮੇਰਾ ਦੋਸਤ ਅਮਰ ਲੈ ਦੇਣਾ 10,000 ਦੇ, ਮੈਂ ਤੁਹਾਨੂੰ ਸਰਟੀਫਿਕੇਟ ਦੇ ਰਿਹਾ। ਉਹ ਨਹੀਂ ਚੱਲਣੇ ਆ, ਚੱਲਣਾ ਕਿ ਜੇ ਅਗਰ ਤੁਸੀਂ ਗੈਪ ਹੈਗਾ ਤੁਸੀਂ ਡਿਕਲੇਅਰ ਕਰੋ, ਮੈਂ 2 ਸਾਲ ਐਡ ਕੀਤਾ ਜਾਂ ਮੈਂ ਕੁਛ ਨਹੀਂ ਕੀਤਾ, ਮੈਨੂੰ ਅੱਜ ਪੜ੍ਹਨ ਦੀ ਇੱਛਾ ਹੋ ਰਹੀ ਹੈ, ਮੈਂ ਪੜ੍ਹ ਰਿਹਾ। ਅਤੇ ਉਹ ਉਹ ਚੀਜ਼ਾਂ ਚਾਹੀਦੀਆਂ ਨੇ, ਇਹ ਨਹੀਂ ਚਾਹੀਦਾ ਕਿ ਤੁਸੀਂ ਕੁਛ ਵੀ ਚੱਲੀ ਜਾਓ ਏਜੰਟਾਂ ਦੇ ਕਹਿਣ ਦੇ ਉੱਤੇ, ਤੁਸੀਂ ਚੱਲੀ ਜਾਓ। ਮਤਲਬ ਇੱਕ ਬੇੜਾ ਚੱਕ ਹੈ ਵੀ ਜਿਹੜਾ ਪੰਜਾਬ ਦਾ ਸਟੂਡੈਂਟ ਹੈ ਉਹਨੂੰ ਸਹੀ ਨੌਲੇਜ ਜਿਹੜੀ ਆ ਪ੍ਰੋਵਾਈਡ ਕਰੋ, ਸਹੀ ਨੌਲੇਜ ਹੈ ਜੀ। ਕਿੱਥੇ ਕਮੀ ਹੈ, ਕਿਹੜੀ ਚੀਜ਼ ਨੂੰ ਟਾਰਗੇਟ ਕਰਨਾ ਚਾਹੁੰਦੇ ਹੋ ਵੀ ਮੈਂ ਪੰਜਾਬ ਦੇ ਸਟੂਡੈਂਟ ਨੂੰ ਚਾਹੁੰਦੀ ਹਾਂ ਵੀ ਆਹ ਚੀਜ਼ ਕਰੇ ਤਾਂ ਉਹਦੇ ਲਈ ਬੈਨੀਫਿਸ਼ੀਅਲ ਹੋ ਸਕਦਾ? ਦੇਖੋ ਮੈਂ ਤੁਹਾਨੂੰ ਫਿਰ ਉਹੀ ਕਹਿ ਰਿਹਾ ਕਿ ਪੰਜਾਬ ਦਾ ਸਟੂਡੈਂਟ ਨਾ ਬੇਸਿਕਲੀ ਕੀ ਕਰਦਾ ਹੈ ਕਿ ਉਹ ਉਹਨਾ ਮਿਹਨਤ ਨਹੀਂ ਕਰ ਰਿਹਾ, ਉਹ ਵੈਬਸਾਈਟ ਨਹੀਂ ਚੈੱਕ ਕਰ ਰਿਹਾ, ਔਰ ਅਸੀਂ ਉਹਨੂੰ ਇਸ ਸ਼ੋਅ ਦੇ ਉੱਤੇ, ਆਪ ਕਰਨਾ ਨਹੀਂ ਚਾਹੁੰਦਾ, ਏਜੰਟ ਨਹੀਂ ਕਰਨ ਦੇ ਰਹੇ, ਏਜੰਟ ਜਾਂ ਤੇ ਏਜੰਟ ਨਹੀਂ ਕਰਨ ਦੇ ਰਹੇ, ਆਪ ਕਰਨਾ ਨਹੀਂ ਚਾਹੁੰਦਾ ਇਸ ਸ਼ੋਅ ਦੇ ਉੱਤੇ। ਮੈਂ ਦੇਖਿਆ ਕਿ ਤੁਹਾਡੇ ਬਹੁਤ ਸਾਰੇ ਇਸ ਤਰ੍ਹਾਂ ਦੇ ਐਕਸਪਰਟ ਆਉਂਦੇ ਜਿਹੜੇ ਕਹਿੰਦੇ ਕਿ ਵੈਬਸਾਈਟ ਚੈੱਕ ਕਰੋ, ਉਹ ਅੱਛੇ ਐਕਸਪਰਟ ਏਜੰਟ ਵੀ ਹੈਗੇ ਆ, ਉਹ ਸਟੂਡੈਂਟ ਨੂੰ ਬਾਰ ਬਾਰ ਕਹਿ ਰਹੇ ਕਿ ਸਭ ਕੁਝ ਕਰੋ, ਲੇਕਿਨ ਸਟੂਡੈਂਟ ਫਿਰ ਵੀ ਨਹੀਂ ਕਰਦਾ। ਤਾਂ ਇੱਥੇ ਬੈਠ ਕੇ ਮੈਂ ਉਹਨਾਂ ਨੂੰ ਇਹ ਕਹਿ ਰਿਹਾ ਕਿ ਠੀਕ ਹੈ ਮੇਰੇ ਆਫਿਸ ਆਓ, ਮੇਰੇ ਕੋਲ ਟਾਈਮ ਹੀ ਟਾਈਮ ਹੈ, ਇਸ ਤਰ੍ਹਾਂ ਨਹੀਂ ਹੈ ਕਿ ਮੈਂ ਤੁਹਾਡੇ ਕੋਲ 4 ਘੰਟੇ ਲਈ ਆਈ ਹਾਂ ਸਵੇਰੇ ਤੋਂ ਦਿੱਲੀ ਤੋਂ, ਮੇਰੇ ਕੋਲ ਟਾਈਮ ਨਹੀਂ ਹੈ, ਤੁਸੀਂ ਮੇਰੇ ਕੋਲ 10 ਮਿੰਟ 'ਚ ਫਟਾਫਟ ਪੁੱਛੋ ਔਰ ਚਲੋ। ਨਹੀਂ, ਤੁਸੀਂ ਮੇਰੇ ਕੋਲ ਆਓ, ਮੇਰੇ ਆਫਿਸ ਬੈਠੋ, ਮੈਂ ਤੁਹਾਨੂੰ ਸਾਰਾ ਕੁਝ ਖੁਦ ਦਿਖਾਵਾਂਗੀ ਕਿ ਇਹ ਦੇਖ ਬੇਟਾ ਇਹ ਕਾਲਜ ਦੀ ਵੈਬਸਾਈਟ ਆ, ਇਹਦੇ 'ਤੇ ਇਹ ਸਾਰੇ ਕੰਟੈਂਟ ਲਿਖੇ, ਤੂੰ ਜਿਹੜਾ ਕੋਰਸ ਕਰਨ ਜਾ ਰਿਹਾ ਇਹ ਕੋਰਸ ਦੇ ਉੱਤੇ ਇਹ ਕੰਟੈਂਟ ਆ, ਔਰ ਤੈਨੂੰ ਅੱਗੇ ਜਾ ਕੇ ਇਸ ਤਰ੍ਹਾਂ ਦੀ ਜੋਬ ਮਿਲਣੀ ਆ, ਦੈਟ ਇਜ਼ ਬੇਸਿਕਲੀ ਆ ਰਿਕੁਆਇਰਮੈਂਟ। ਇਹ ਹਰ ਕੰਟਰੀ ਦੇ ਲਈ ਅਵੇਅਰਨੈਸ ਬੇਸਿਕਲੀ ਜ਼ਰੂਰੀ ਹੈ ਵੀ ਬੱਚਾ ਅਵੇਅਰ ਹੋਵੇ। ਜੀ, ਅੱਜ ਪੰਜਾਬ ਮਾਰਕੀਟ ਦੀ ਮੈਂ ਗੱਲ ਡਿਫਰੈਂਸ਼ੀਏਟ ਕਰ ਰਿਹਾ, ਆਪਾਂ ਕੰਟਰੀ ਬਾਰੇ ਵੀ ਡਿਸਕਸ਼ਨ ਕਰਾਂਗੇ। ਪੰਜਾਬ ਮਾਰਕੀਟ ਦੀ ਜਦੋਂ ਆਪਾਂ ਅੱਜ ਗੱਲ ਕਰਦੇ ਹਾਂ, ਤੁਸੀਂ ਜਲੰਧਰ ਆਫਿਸ ਓਪਨ ਕੀਤਾ, ਜਲੰਧਰ ਇੱਕ ਹੱਬ ਹੈ, ਉੱਥੇ ਕੰਪੀਟੀਸ਼ਨ ਵੀ ਬਹੁਤ ਹੈ, ਐਕਸਪਰਟਸ ਵੀ ਬਹੁਤ ਨੇ, ਏਜੰਟਸ ਵੀ ਬਹੁਤ ਨੇ, ਬਹੁਤ ਹੈ ਜੀ। ਸੋ ਕਿਵੇਂ ਦੇਖਦੇ ਹੋ ਉਸ ਚੀਜ਼ ਨੂੰ, ਐਡੂ ਐਡਵਾਈਜ਼ਰ ਨੂੰ ਬਾਕੀਆਂ ਤੋਂ ਅਲੱਗ
ਉਹਨਾਂ ਵਿੱਚ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਕਿ ਮੇਰਾ ਐਕਸਪੀਰੀਅੰਸ ਹੈਗਾ। ਇਹ ਜ਼ਰੂਰ ਹੋ ਸਕਦਾ ਕਿ ਤੁਹਾਨੂੰ ਇਹ ਕੰਪਨੀ ਨਵੀਂ ਦਿਖਾਈ ਦੇ ਰਹੀ ਹੋ ਕਿ ਇਹ ਕੰਪਨੀ ਦਾ ਨਾਮ ਜਾਂ ਵੈਬਸਾਈਟ 'ਤੇ ਨਵੀਂ ਦਿਖਾਈ ਦੇਗੀ, ਲੇਕਿਨ ਐਕਸਪੀਰੀਅੰਸ ਮੈਟਰ, ਕੰਪਨੀਆਂ ਨਹੀਂ ਚਲਾਉਂਦੀਆਂ ਚੀਜ਼ਾਂ ਨੂੰ, ਬੰਦੇ ਚਲਾਉਂਦੇ ਆ। ਤਾਂ ਮੈਂ ਆਪਣੇ ਐਕਸਪੀਰੀਅੰਸ ਨੂੰ ਲੈ ਕੇ ਬੈਠੀ ਹਾਂ ਜੀ। ਬਸ ਇੱਕ ਚੀਜ਼ ਮੈਂ ਦੱਸ ਦੇਣਾ ਚਾਹੁੰਦਾ, ਜਦੋਂ ਇੱਕ ਜਿਹੜਾ ਨੰਬਰ ਡਿਸਪਲੇ ਹੁੰਦਾ ਸਾਡੇ ਟੀਵੀ ਸਕਰੀਨ 'ਤੇ, ਮੈਂ ਲਾਸਟ ਗੱਲ ਕਰ ਰਿਹਾ ਸੀਗਾ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ, ਮੈਂ ਵੀ ਉਹ ਨੰਬਰ ਆਪਣਾ ਦਿਓ ਜਿਹਦੇ 'ਚ ਬੱਚੇ ਤੁਹਾਨੂੰ ਕਾਲ ਕਰ ਸਕਣ, ਬੱਚੇ ਤੁਹਾਡੇ ਟੀਮ ਨਾਲ ਰਾਬਤਾ ਕਾਇਮ ਕਰ ਸਕਣ। ਤਾਂ ਇੱਕ ਸਭ ਤੋਂ ਵਧੀਆ ਗੱਲ ਜੋ ਪਰਸਨਲੀ ਮੈਨੂੰ ਲੱਗੀ ਉਹਦੇ 'ਚ, ਮੈਮ ਨੇ ਕਿਹਾ ਵੀ ਮੇਰਾ ਪਰਸਨਲ ਨੰਬਰ ਪਾਓ। ਸੋ ਅੱਜ ਤੱਕ ਮੇਰੇ ਖਿਆਲ ਬਹੁਤ ਘੱਟ ਕੇਸਿਸ ਦੇ ਵਿੱਚ ਹੋਇਆ ਜਿਹੜਾ ਐਕਸਪਰਟ ਕੰਸਲਟੈਂਟ ਜਿਹੜਾ ਸਾਡੇ ਕੋਲ ਆ ਰਿਹਾ ਉਹ ਡਾਇਰੈਕਟ ਆਪਣਾ ਨੰਬਰ ਦੇਵੇ। ਇਹ ਸੋਚ ਦਾ ਫਰਕ ਕਿਵੇਂ, ਕਿਉਂਕਿ ਨਹੀਂ ਪਾਉਂਦੇ ਸਾਰਿਆਂ ਨੂੰ ਹੁੰਦਾ ਵੀ ਨਹੀਂ ਬਹੁਤ ਜ਼ਿਆਦਾ ਕਾਲਸ ਆਉਣਗੀਆਂ, ਬਹੁਤ ਜ਼ਿਆਦਾ ਡਿਸਟਰਬੈਂਸ ਹੋਊਗੀ, ਬਹੁਤ ਜ਼ਿਆਦਾ ਮਤਲਬ ਵਿੱਚ ਆਉਂਦਾ ਅਗਰ ਅਗਰ ਅਸੀਂ ਆਪਣਾ ਨੰਬਰ ਦੇ ਦਾਂਗੇ ਤਾਂ ਸਟੂਡੈਂਟ ਸਾਡੇ ਨਾਲ ਡਾਇਰੈਕਟ ਕੰਟੈਕਟ ਕੀਤਾ ਗਿਆ। ਅੱਜ ਅੱਜ ਮੈਂ ਦੇਖਿਆ ਹੈ ਕਿ ਬਹੁਤ ਸਾਰੇ ਕੰਸਲਟੈਂਟ ਇੱਥੇ ਜਿਹੜੇ ਬੈਠੇ ਉਹ ਚੈਨਲ 'ਤੇ ਆ ਕੇ ਕਹਿ ਦਿੰਦੇ ਕਿ ਸਾਡੇ ਨਾਲ ਮਿਲੋ, ਲੇਕਿਨ ਬੈਠੇ ਹੋ ਇੱਕ ਵੱਡੇ ਜਿਹੇ ਕੈਬਿਨ 'ਤੇ ਆ, ਬਾਹਰ ਉਹਨਾਂ ਦੇ ਇੱਕ ਰਿਸੈਪਸ਼ਨਸ ਬੈਠੇ ਆ, 4 ਕਾਉਂਸਲਰਸ ਬੈਠੇ ਆ, ਉਹਨਾਂ ਤੋਂ ਪਾਰ ਹੋ ਕੇ ਸਟੂਡੈਂਟ ਨੂੰ ਉਹਨਾਂ ਕੰਸਲਟੈਂਟ ਤੱਕ ਖੁਦ ਤੱਕ ਮਤਲਬ ਇਹ ਆਪਣੇ ਡਾਇਰੈਕਟਰ ਤੱਕ ਪਹੁੰਚਣ ਤੱਕ ਹੀ ਨਾ ਉਹਨਾਂ ਨੂੰ ਲੱਗ ਜਾਂਦੇ ਆ 2 ਮਹੀਨੇ, ਉਹ ਉੱਥੋਂ ਤੱਕ ਪਹੁੰਚ ਹੀ ਨਹੀਂ ਪਾਉਂਦਾ। ਔਰ ਜਾਂ ਫਿਰ ਪਹੁੰਚਦਾ ਹੈ ਤਾਂ ਉਹਦੀ 1 ਜਾਂ 2 ਮੀਟਿੰਗ ਹੁੰਦੀ ਹੈ ਉਹਨਾਂ ਨਾਲ, 1 ਜਾਂ 2 ਮੀਟਿੰਗ 'ਤੇ ਤੁਹਾਨੂੰ ਕਿਸ ਤਰ੍ਹਾਂ ਕੋਈ ਸਭ ਕੁਝ ਸਮਝਾ ਦੇਗਾ, ਉਹ ਪੋਸੀਬਿਲਿਟੀ ਹੋ ਨਹੀਂ ਪਾਉਂਦੀ ਹੈ। ਅਤੇ ਉਸ ਰੀਜ਼ਨ ਦੇ ਉੱਤੇ ਉਸ ਜਗ੍ਹਾ 'ਤੇ ਆ ਕੇ ਸਟੂਡੈਂਟ ਨੂੰ ਇਹ ਚਾਹੀਦਾ ਹੈ ਕਿ ਮੈਂ ਸਟੂਡੈਂਟ ਨੂੰ ਦੇ ਰਿਹਾ ਕਿ ਤੁਸੀਂ ਮੇਰੇ ਕੋਲ ਆਓ, ਮੇਰੇ ਕਾਉਂਸਲਰ ਤੁਹਾਨੂੰ ਹਰ ਰੋਜ਼ ਮੇਰੇ ਨਾਲ ਮਿਲਾ ਸਕਦੇ ਆ, ਤੁਸੀਂ ਮੈਂ ਮੇਰੇ ਨਾਲ ਬੈਠ ਕੇ ਤੁਸੀਂ ਅੱਜ ਆਇਓ, ਕੱਲ੍ਹ ਆਪਣੇ ਪੇਰੈਂਟਸ ਨੂੰ ਵੀ ਲੈ ਕੇ ਆਓ, ਕੱਲ੍ਹ ਤੁਸੀਂ ਆਪਣੇ ਪੜੋਸੀ ਨੂੰ ਵੀ ਨਾਲ ਲੈ ਕੇ ਆਓ ਜੀ, ਕਿ ਹਾਂ ਸਾਨੂੰ ਇੱਕ ਵਾਰੀ ਹੋਰ ਕਾਉਂਸਲਿੰਗ ਕਰੋ, ਮੈਨੂੰ ਇੱਕ ਵਾਰੀ ਹੋਰ ਸਮਝਾਓ ਜਿਹੜਾ ਕੋਰਸ ਤੁਸੀਂ ਮੈਨੂੰ ਅੱਜ ਦੇ ਰਹੇ ਹੋ, ਕੀ ਇਹ ਮੇਰੇ ਕੋਰਸ ਦੇ ਨਾਲ ਪ੍ਰੀਵੀਅਸ ਕੁਆਲੀਫਿਕੇਸ਼ਨ ਦੇ ਨਾਲ ਇਹਦੀ ਰੈਲੀਵੈਂਸੀ ਬਣ ਰਹੀ ਹੈ ਕਿ ਨਹੀਂ ਬਣ ਰਹੀ ਹੈ, ਜਾਂ ਜਿਹੜੇ ਤੁਸੀਂ ਫੰਡਸ ਮੈਨੂੰ ਕਹੇ ਨੇ ਉਹ ਐਕਚੁਅਲੀ ਇਹ ਜੈਨੂਅਨ ਮੈਨੂੰ ਇਸ ਤਰ੍ਹਾਂ ਸ਼ੋਅ ਕਰਨੇ ਆ, ਅਤੇ ਉਹ ਮੈਂ ਸਾਰੇ ਇੱਕ ਜੈਨੂਅਨ ਤਰੀਕੇ ਨਾਲ ਸ਼ੋਅ ਕਰਾਂ ਜਾਂ ਨਾ ਕਰਾਂ। ਤਾਂ ਉਸ ਸਾਰੀ ਚੀਜ਼ਾਂ ਨੂੰ ਲੈ ਕੇ ਮੈਂ ਇਹ ਕਹਿ ਰਿਹਾ ਕਿ ਵੀ ਮੇਰੇ ਕੋਲ ਡਾਇਰੈਕਟ ਮੇਰੇ ਨੰਬਰ 'ਤੇ ਤੁਸੀਂ ਕਾਲ ਕਰੋ, ਡਾਇਰੈਕਟ ਤੁਸੀਂ ਮੈਨੂੰ ਮਿਲੋ, ਐ ਨਹੀਂ ਕਿ ਤੁਸੀਂ ਕਾਉਂਸਲਰਸ ਦੇ ਚੱਕਰ ਵਿੱਚ। ਮਤਲਬ ਹੁਣ ਜਿਹੜਾ ਨੰਬਰ ਡਿਸਪਲੇ ਕਰ ਰਹੇ ਹੋ ਤੁਹਾਡਾ ਪਰਸਨਲ ਡਾਇਰੈਕਟ ਨੰਬਰ ਮੇਰਾ ਹੈ? ਪਰਸਨਲ ਨੰਬਰ ਹੈ ਜੀ ਜੀ, ਬਿਲਕੁਲ ਇਹ ਪਰਸਨਲ ਨੰਬਰ ਹੈ ਜੀ ਸੰਦੀਪ ਮੈਮ ਦਾ, ਤੁਸੀਂ ਇਹਨਾਂ ਤੱਕ ਰਾਬਤਾ ਕਾਇਮ ਕਰ ਸਕਦੇ ਹੋ। ਨਿਊਜ਼ੀਲੈਂਡ ਬਾਰੇ, ਕੈਨੇਡਾ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੈ, ਆਪਣੀ ਪ੍ਰੋਫਾਈਲ ਅਸੈਸ ਕਰਾਉਣੀ ਹੈ, ਇਹਨਾਂ ਤੱਕ ਰਾਬਤਾ ਕਾਇਮ ਕੀਤਾ ਜਾ ਸਕਦਾ। ਸੰਦੀਪ ਮੈਮ, ਨਿਊਜ਼ੀਲੈਂਡ ਤੋਂ ਸ਼ੁਰੂ ਕਰਦੇ ਹਾਂ ਗੱਲ। ਨਿਊਜ਼ੀਲੈਂਡ ਤੁਹਾਡੇ ਐਕਸਪੀਰੀਅੰਸ ਦੇ ਹਿਸਾਬ ਨਾਲ ਐਜ਼ ਅ ਸਟੂਡੈਂਟ ਡੈਸਟੀਨੇਸ਼ਨ ਕਿਵੇਂ ਦੀ ਹੈ? ਬੈਸਟ ਐਕਸਪਲੇਨੇਸ਼ਨ ਹੈ ਇਸ ਟਾਈਮ ਸਾਰੇ ਕੋਰਸਿਸ ਹੈ। ਸਭ ਤੋਂ ਪਲੱਸ ਪੁਆਇੰਟ ਆਏਗੀ ਕਿ ਨਿਊਜ਼ੀਲੈਂਡ ਦਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹ ਬ੍ਰਿਟਿਸ਼ ਐਜੂਕੇਸ਼ਨ ਸਿਸਟਮ ਆ। ਤੁਸੀਂ ਅਗਰ ਲੰਡਨ ਪੜ੍ਹਨਾ ਚਾਹੁੰਦੇ ਹੋ ਤਾਂ ਤੁਹਾਨੂੰ ਪਾਉਂਡ 'ਚ ਪੇ ਕਰਨੀ ਪਏਗੀ ਸਾਰੀ ਕੋ ਸਾਰੀ ਟਿਊਸ਼ਨ ਫੀਸ, ਉੱਥੇ ਦਾ ਤੁਹਾਨੂੰ ਲਿਵਿੰਗ ਐਵਰੀਥਿੰਗ ਆਲਮੋਸਟ ਡਬਲ ਆ ਉਹਦੀ, ਤੁਹਾਡਾ ਤੁਹਾਡਾ ਖਰਚਾ ਆ ਜਾਏਗਾ। ਤੁਸੀਂ ਨਿਊਜ਼ੀਲੈਂਡ ਬੈਠ ਕੇ ਆ ਸਾਰੀ ਚੀਜ਼ਾਂ ਜਿਹੜੀ ਉਸੇ ਐਜੂਕੇਸ਼ਨ ਸਿਸਟਮ ਨੂੰ ਤੁਸੀਂ ਨਿਊਜ਼ੀਲੈਂਡ ਦੇ ਵਿੱਚ ਪਾ ਸਕਦੇ ਹੋ, ਇਹ ਇੱਕ ਪਲੱਸ ਪੁਆਇੰਟ ਆ। ਸਾਰੇ ਕੋਰਸਿਸ ਆ ਮੇਰੇ ਕੋਲ, ਤੁਸੀਂ ਮੰਨੋਗੇ ਕਿ ਅੱਜ ਸਵੇਰੇ ਹੀ ਮੇਰੇ ਕੋਲ ਇੱਕ ਤੁਸੀਂ ਕਹੋ ਕਿ ਸਾਡੇ ਕੋਲ ਕਾਲ ਆਈ, ਉਹਨਾਂ ਨੇ ਇਹ ਕਿਹਾ ਕਿ ਨਿਊਜ਼ੀਲੈਂਡ ਨੂੰ ਅਰਾਊਂਡ 30,000 ਜਿਹੜੇ ਹੈ ਸਿਵਿਲ ਇੰਜੀਨੀਅਰਸ ਦੀ ਜ਼ਰੂਰਤ ਆ। ਤਾਂ 30,000 ਮਤਲਬ ਇਹ ਹੋ ਗਿਆ ਕਿ ਇੱਕ ਬਹੁਤ ਵੱਡਾ ਨੰਬਰ ਹੈ। ਹਾਂ, ਅਤੇ ਸਿਵਿਲ ਇੰਜੀਨੀਅਰ ਸਟੂਡੈਂਟ ਵਾਸਤੇ ਇਹ ਬਹੁਤ ਅੱਛਾ ਇੱਕ ਆਪਸ਼ਨ ਹੈ, ਅਗਰ ਉਹ ਪਲਾਨ ਕਰੇ ਜਿਨ੍ਹਾਂ ਨੇ ਬੀਟੈਕ ਕੀਤੀ ਹੈ ਸਿਵਿਲ 'ਚ, ਤਾਂ ਦੇ ਕੈਨ ਕਮ ਟੂ ਮੀ। ਸਿਵਿਲ ਇੰਜੀਨੀਅਰਸ ਦੀ ਇਸ ਟਾਈਮ ਡਿਮਾਂਡ ਹੈ ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਵੈਸੇ ਤਾਂ ਡੈਫੀਨੇਟਲੀ ਸਾਰੀ ਇੰਡਸਟਰੀ 'ਚ ਹੈਗੀ ਹੈ, ਹਸਪਿਟੈਲਿਟੀ ਬਹੁਤ ਜ਼ਿਆਦਾ ਹੈ, ਹੈਲਥ 'ਚ ਬਹੁਤ ਜ਼ਿਆਦਾ, ਬਟ ਸਿਵਿਲ ਇੰਜੀਨੀਅਰਿੰਗ ਅੱਜ ਪਰਟੀਕੁਲਰਲੀ ਸਵੇਰੇ ਮੇਰੇ ਕੋਲ ਆਇਆ ਕਿ 30,000 ਇੰਜੀਨੀਅਰਸ ਚਾਹੀਦੇ ਆ ਸਾਨੂੰ। ਜੁਇੰਟਰ ਦੀ ਜੋ ਅਪਡੇਸ਼ਨਸ ਨੇ ਸੰਦੀਪ ਮੈਮ ਨੇ ਸ਼ੇਅਰ ਕੀਤੀਆਂ, ਸਿਵਿਲ ਇੰਜੀਨੀਅਰਸ ਦੀ 30,000 ਜਿਹੜੇ ਬੱਚੇ ਆ ਉਹਨਾਂ ਨੂੰ ਇੰਜੀਨੀਅਰ ਜਿਹੜੇ ਨੇ ਕਹੀਏ ਚਾਹੀਦੇ ਆ। ਇਹਦੇ ਵਿੱਚ ਹੁਣ ਪਤਾ ਕਿ ਅਲੱਗ ਅਲੱਗ ਕੋਰਸ ਵਾਈਜ਼ ਸਟ੍ਰੀਮ ਵਾਈਜ਼ ਮੈਟਰ ਕਰਦਾ ਕਿਹੜਾ ਬੱਚਾ ਕਿਹੜੀ ਫੀਲਡ ਨਾਲ ਰੈਲੇਵੈਂਟ ਹੈਗਾ। ਹੁਣ ਰੈਲੇਵੈਂਟ ਫੀਲਡ ਵੀ ਚਾਹੀਦੀ ਹੈ, ਰੈਲੇਵੈਂਟ ਕਾਲਜ ਵੀ ਚਾਹੀਦਾ, ਏਰੀਆ ਵੀ ਚਾਹੀਦਾ। ਸੋ ਉਸ ਚੀਜ਼ ਨੂੰ ਲੈ ਕੇ ਵੀ ਕੀ ਗਾਈਡ ਕਰਨਾ ਚਾਹੁੰਦੇ, ਬੱਚਾ ਕਿਸ ਹਿਸਾਬ ਨਾਲ ਸਿਲੈਕਟ ਕਰੇ ਕਾਲਜ ਕੋਰਸ ਅਤੇ ਏਰੀਆ ਜਿਹੜਾ? ਸਾਰੇ ਕੋਰਸਿਸ ਹੈਗੇ ਆ, ਤੁਸੀਂ ਇਹ ਕਹੋ ਕਿ ਮੈਡੀਕਲ ਦੇ ਜਿਹੜੇ ਸਟੂਡੈਂਟ ਹੈਗੇ ਆ ਜਿਨ੍ਹਾਂ ਨੇ PCB ਕੀਤੀ ਹੈ ਜਾਂ ਜਿਨ੍ਹਾਂ ਨੇ PCM ਕੀਤੀ ਹੋਈ ਹੈ ਉਹਨਾਂ ਵਾਸਤੇ ਵੀ ਕੋਰਸਿਸ ਹੈਗੇ ਆ। ਜਿਹੜਾ ਮੈਂ ਗੌਰਮੈਂਟ ਕਾਲਜ ਹੈ ਉਹਨਾਂ ਨੇ ਕੋਰਸ ਸਟਾਰਟ ਕੀਤਾ ਹੈ ਰੀਸੈਂਟਲੀ, ਹੁਣੇ ਨਵਾਂ ਜਿੱਦਾਂ ਜੁਲਾਈ ਇਨਟੇਕ ਹੈ ਮੇਰੇ ਕੋਲ, ਸੋਰੀ ਨਿਊਜ਼ੀਲੈਂਡ ਡਿਪਲੋਮਾ ਇਨ ਅਪਲਾਈਡ ਸਾਇੰਸ ਕਰਕੇ ਹੈਗਾ। ਇਟਸ ਰੀਅਲੀ ਬੇਸਿਕਲੀ ਬਹੁਤ ਹੀ ਅੱਛਾ ਕੋਰਸ ਹੈਗਾ, ਇਹਦੇ ਬਾਅਦ ਸਟੂਡੈਂਟ ਜਿਹੜਾ ਹੈ ਆਪਣੀ ਲਾਈਨ ਜਿਹੜੀ ਹੈ ਉਸ ਸਾਇੰਸ 'ਚ ਜਾਂ ਆਪਣੀ ਹੈਲਥ 'ਚ ਵੀ ਜਾ ਸਕਦਾ ਹੈ। ਉਹਦੇ ਬਾਅਦ ਉਹ ਜਿਹੜਾ ਹੈ ਸਾਇੰਸ ਦੇ ਰਿਲੇਟਡ ਜਿੰਨੇ ਵੀ ਕੋਰਸਿਸ ਹੁੰਦੇ ਉਹਨਾਂ ਦੇ ਰਿਲੇਟਡ ਜਾ ਸਕਦਾ ਹੈ। ਉਹਦੇ ਬਾਅਦ ਤੁਸੀਂ ਇਹ ਕਹਿ ਸਕਦੇ ਹੋ ਕਿ ਮੈਨੇਜਮੈਂਟ ਰਿਲੇਟਡ ਬਹੁਤ ਜ਼ਿਆਦਾ ਹੈਗੇ ਕੋਰਸਿਸ। ਜਿਵੇਂ ਆਰਟਸ ਵਾਲੇ ਬੱਚਿਆਂ ਲਈ ਗੱਲ ਕਰਦੇ ਹਾਂ, ਪਰ ਸ਼ੁਰੂਆਤ ਉਹਨਾਂ ਤੋਂ ਕਰੀਏ ਸਟ੍ਰੀਮ ਵਾਈਜ਼, ਆਰਟਸ ਵਾਲੇ ਬੱਚਿਆਂ ਲਈ ਨਿਊਜ਼ੀਲੈਂਡ ਦੇ ਵਿੱਚ ਕਿਹੜੀ ਕਿਹੜੀ ਪੋਸੀਬਿਲਿਟੀਜ਼ ਨੇ ਜਿੱਥੇ ਫਿਊਚਰ ਬਣ ਸਕਦਾ ਉਹਨਾਂ ਦਾ?
और तुसी ये कह सकते हो कि अगर प्लस टू दे स्टूडेंट है तो वो बिजनेस या मैनेजमेंट भी ऑप्शन ले सकते हैं। ज्यादातर की हो रहा बच्चों नू जे ऑप्शंस दितियां जांदियां दो कोर्सेज दी ज्यादा होंदियां दैट्स अ बिजनेस एंड आईटी वो बहुत बड़े पद्धर ते प्रमोट हुंदा है। नहीं हॉस्पिटैलिटी जान कुकरी च जान एवी कोर्सेज है गे अच्छे जड़े कोर्सेज ने ज्यादा नहीं आंदे अगे। हाँ यह जड़े स्किल कोर्सेज है ने एक आर्ट्स वाले बच्चे जड़े है या अगर जिन्होंने आर्ट्स अगर अगर तुसी या कॉमर्स के बच्चे तुसी कह लो जिन्ना को हैगा वो अकाउंटिंग की जा सकते हैं या बिजनेस के कोर्सेज ऐसे ही है आर्ट्स ते आर्ट्स जड़े बच्चे ने वो जड़े ਜਿਹੜੇ ਜਿਹੜੇ ਆਰਟਸ ਦੇ ਜਿਹੜੇ ਕੋਰਸਿਸ ਹੁੰਦੇ ਪਾਰਟਿਕੂਲਰਲੀ ਯੂ ਬੀ ਕਾਲਜ ਹੈਗਾ ਉਹਦੇ 'ਚ ਪਾਰਟਿਕੂਲਰਲੀ ਤੁਸੀਂ ਇਹ ਵਾਲੇ ਡਿਪਲੋਮਾ 'ਚ ਜਾ ਸਕਦੇ ਹੋ ਓਕੇ ਗ੍ਰਾਫਿਕ ਡਿਜ਼ਾਇਨਿੰਗ ਵਗੈਰਾ ਜਿਸ ਤਰ੍ਹਾਂ ਕਹਿੰਦੇ ਆ ਆਪਸ਼ਨਸ ਹੈਗੀਆਂ ਨੇ ਜੀ 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 ਤਾਂ ਮੈਮ ਸੈਕਿੰਡ ਜੇ ਕਾਮਰਸ ਵਾਲੇ ਲਈ ਗੱਲ ਕਰੀਏ ਉਹਨਾਂ ਦੇ ਕੋਰਸਿਸ ਤੇ ਏਰੀਆ ਵਾਈਜ਼ ਕਿੱਥੇ ਉਹਨਾਂ ਲਈ ਬੈਨੀਫੀਸ਼ੀਅਲ ਰਹਿੰਦਾ ਕਾਮਰਸ ਵਾਸਤੇ ਇੱਕ ਬਹੁਤ ਅੱਛਾ ਕੋਰਸ ਹੈ ਬੈਚਲਰ ਡਿਗਰੀ 'ਚ ਅਗਰ ਤੁਸੀਂ ਜਾਂਦੇ ਹੋ ਤਾਂ ਅਕਾਊਂਟਿੰਗ ਅਕਾਊਂਟਿੰਗ ਬੈਚਲਰ ਡਿਗਰੀ ਇਨ ਅਕਾਊਂਟਿੰਗ ਆ ਜਾਂਦਾ ਹੈ ਤੁਹਾਡਾ ਬੈਚਲਰਸ ਇਨ ਮੈਨੇਜ ਬਿਜ਼ਨਸ ਆ ਜਾਂਦਾ ਹੈ ਇਹ ਵੀ ਫਿਰ ਅਗੇਨ ਮੈਂ ਗਵਰਨਮੈਂਟ ਕਾਲਜ 'ਚ ਤੁਹਾਨੂੰ ਕਹਾਂਗੀ ਜਾਂ ਫਿਰ ਜਨਰਲ ਤੁਸੀਂ ਲੈਵਲ 5-6 ਡਿਪਲੋਮਾ ਚਲੇ ਜਾਓ ਕਿ ਬਿਜ਼ਨਸ ਐਂਡ ਮੈਨੇਜਮੈਂਟ ਐਂਡ ਅਕਾਊਂਟਿੰਗ ਔਰ ਇਹ ਸਭ ਡਿਪਲੋਮਾਸ ਹੈ ਇੱਕ ਚੀਜ਼ ਧਿਆਨ ਰੱਖਣੀ ਹੈ ਜਿਹੜੇ ਲੈਵਲ 5-6 ਦੇ ਕੋਰਸਿਸ ਹੁੰਦੇ ਆ ਉਹਦੇ 'ਚ ਸਟੂਡੈਂਟ ਨੂੰ ਬਹੁਤ ਜ਼ਿਆਦਾ ਪ੍ਰੈਕਟੀਕਲੀ ਨਹੀਂ ਦਿੱਤਾ ਜਾਂਦਾ ਉਹਦੇ ਵਿੱਚ ਉਹਨਾਂ ਦੇ ਪ੍ਰੈਕਟੀਕਲੀ ਪਲੱਸ ਜਿਹੜੇ ਹੈ ਥਿਓਰੀਟੀਕਲੀ ਹੁੰਦੇ ਨੇ ਜਿਹੜੇ ਲੈਵਲ 7 ਲੈਵਲ 8 ਔਰ ਲੈਵਲ 9 ਦੇ ਜਿਹੜੇ ਪ੍ਰੋਗਰਾਮਸ ਆ ਜਾਂਦੇ ਨੇ ਉਹਦੇ 'ਚ ਰਿਸਰਚ ਔਰ ਥਿਓਰੀ ਬੇਸਡ ਪ੍ਰੋਗਰਾਮਸ ਆ ਜਾਂਦੇ ਨੇ ਉਹਦੇ 'ਚ ਜ਼ਿਆਦਾ ਪ੍ਰੈਕਟੀਕਲ ਨਹੀਂ ਹੁੰਦਾ ਉਹਨਾਂ ਕੋਲ ਜਿਹੜੇ ਨਾਨ ਮੈਡੀਕਲ ਤੇ ਮੈਡੀਕਲ ਵਾਲੇ ਨੇ ਉਹਨਾਂ ਲਈ ਸਕੋਪ ਤਾਂ ਕਾਫੀ ਨਿਕਲ ਕੇ ਆਉਂਦਾ ਜਿਵੇਂ ਸਕਿਲਡ ਕੋਰਸਿਸ ਨੇ ਇੰਜੀਨੀਅਰਿੰਗ ਨਾਲ ਰਿਲੇਟਡ ਮੈਡੀਕਲ ਨਾਲ ਰਿਲੇਟਡ ਖਾਸ ਕਰ ਕਿਹੜੇ ਕੋਰਸਿਸ ਆ ਜਾਂਦੇ ਮੈਡੀਕਲ ਦੇ ਰਿਲੇਟਡ ਤੁਸੀਂ ਹੈਲਥ ਵਾਸਤੇ ਕੋਰਸਿਸ ਜਾ ਸਕਦੇ ਨੇ ਮੈਡੀਕਲ ਵਿੱਚ ਤੁਸੀਂ ਨਰਸਿੰਗ ਜਾ ਸਕਦੇ ਹੋ ਉਹੀ ਹੈਗੇ ਨੇ ਬੈਚਲਰਸ ਡਿਪਲੋਮਾ ਇਨ ਬੈਚਲਰਸ ਇਨ ਨਰਸਿੰਗ ਆ ਜਾਂਦਾ ਹੈ ਤੁਸੀਂ ਜਦੋਂ ਕੋਰਸ ਸੁਜੈਸਟ ਕਰਦੇ ਹੋ ਕਿਉਂਕਿ ਹਰ ਪ੍ਰੋਫਾਈਲ ਅਲੱਗ ਹੁੰਦੀ ਹੈ ਪਰਸੈਂਟੇਜ ਵਾਈਜ਼ ਮੈਟਰ ਕਰਦਾ ਹੈ ਬੱਚੇ ਦਾ ਇੰਟਰਸਟ ਮੈਟਰ ਕਰਦਾ ਹੈ ਜਾਂ ਕੀ ਕੀ ਚੀਜ਼ ਦੇ ਕੇ ਸੁਜੈਸਟ ਕਰਦੇ ਹੋ ਦੇਖੋ ਪਰਸੈਂਟੇਜ ਤਾਂ ਡੈਫੀਨੇਟਲੀ ਕਾਲਜਸ ਗਵਰਨਮੈਂਟ ਕਾਲਜਸ ਅਗਰ ਤੁਸੀਂ ਜਾਂਦੇ ਹੋ ਯੂਨੀਵਰਸਿਟੀਜ਼ ਅਗਰ ਤੁਸੀਂ ਜਾਂਦੇ ਹੋ ਤਾਂ ਡੈਫੀਨੇਟਲੀ ਦੇ ਆਸਕ ਯੂ ਫੋਰ ਦਾ ਪਰਸੈਂਟੇਜ ਈਵਨ ਪ੍ਰਾਈਵੇਟ ਕਾਲਜਸ ਉਹ ਕੈਟੇਗਰੀ 1 ਹੈ ਉਹ ਵੀ ਤੁਹਾਨੂੰ ਪਰਸੈਂਟੇਜ ਵਾਸਤੇ ਕਹਿੰਦੇ ਹੈਗੇ ਆ ਪਰਸੈਂਟੇਜ ਤਾਂ ਅਗੇਨ ਮੈਟਰ ਕਰਦਾ ਹੀ ਹੈ ਫਿਰ ਆ ਜਾਂਦਾ ਹੈ ਤੁਹਾਡਾ ਆਇਲ ਸਕੋਰ ਕਿੰਨਾ ਆ ਜਾਂਦਾ ਹੈ ਕਿਉਂਕਿ ਹਰ ਕਾਲਜ ਨੇ ਹਰ ਲੈਵਲ ਦੇ ਨਾਲ ਇੱਕ ਆਇਲ ਸਕੋਰ ਆ ਜਾਂਦਾ ਹੈ ਤੁਹਾਡਾ ਲੈਵਲ 5-6 ਹੈ ਤਾਂ 5.5 ਆ ਗਏ ਲੈਵਲ 7 ਤੇ ਚਲੇ ਗਏ ਤੇ 6 ਆ ਗਏ ਲੈਵਲ 8 ਤੇ ਚਲੇ ਗਏ ਤੇ 6.5 ਆ ਗਏ ਤਾਂ ਉਹ ਫਿਰ ਲੈਵਲ ਤੁਹਾਡੇ ਪਰਸੈਂਟੇਜ ਦੇ ਨਾਲ ਪਲੱਸ ਤੁਸੀਂ ਕ੍ਰਾਈਟੇਰੀਆ ਕੋਰਸ ਚੇਂਜ ਜੋ ਸਿਲੈਕਟ ਕਰਨੇ ਦਾ ਉਹ ਸਾਰਾ ਆ ਜਾਂਦਾ ਕੈਟੇਗਰੀ ਵਾਈਜ਼ ਹੁਣ ਕਾਲਜਸ ਦਾ ਡਿਫਰੈਂਸ ਹੈ ਕੈਟੇਗਰੀ 1 ਕੈਟੇਗਰੀ 2 ਪ੍ਰਾਈਵੇਟ ਗਵਰਨਮੈਂਟ ਕਾਲਜ ਦਾ ਫਰਕ ਹੈ ਜਾਂ ਕੀ ਕੈਟੇਗਰਾਈਜ਼ ਕੀਤਾ ਗਿਆ ਇਹਨਾਂ ਨੂੰ ਖਾਸ ਕਰ ਕੈਟੇਗਰੀ NZQA ਨੇ ਕੈਟੇਗਰੀ ਦਿੱਤੀ ਹੈ ਕਾਲਜਸ ਨੂੰ ਉਹਨਾਂ ਨੇ ਜਿਸ ਤਰ੍ਹਾਂ ਉਹਦੇ 'ਚ ਇਹ ਨਹੀਂ ਹੈ ਕਿ ਕੁਝ ਗਵਰਨਮੈਂਟ ਕਾਲਜ ਵੀ ਹੈਗੇ ਆ ਜਿਹੜੇ ਕੈਟੇਗਰੀ 2 ਹੈਗੇ ਆ ਮੈਂ ਨਹੀਂ ਕਹਾਂਗੀ ਕਿ ਸਾਰੇ ਦੇ ਸਾਰੇ ਜਿਹੜੇ ਪ੍ਰਾਈਵੇਟ ਕਾਲਜ ਆ ਸਾਰੇ ਸਾਰੇ ਜਿਹੜੇ ਗਵਰਨਮੈਂਟ ਕਾਲਜ ਆ ਉਹ ਕੈਟੇਗਰੀ 1 ਹੈਗੇ ਆ ਕੁਝ ਗਵਰਨਮੈਂਟ ਕਾਲਜ ਹੈਗੇ ਆ ਲੇਕਿਨ ਇਹਨੀ ਤੁਸੀਂ ਕਹਿ ਸਕਦੇ ਕਿ ਜਿਹੜੇ ਕੈਟੇਗਰੀ 2 ਹੈ ਉਹ ਜਿਹੜੇ ਉਹ ਲੈਸਰ ਦੈਨ ਹੈ ਔਰ ਕੈਟੇਗਰੀ 1 ਤੋਂ ਕੈਟੇਗਰੀ 1 ਐਂਡ 2 ਦੋਨੋਂ ਕਾਲਜਸ ਤੇ ਵੀਜ਼ਾ ਆਉਂਦੇ ਆ 3 ਐਂਡ 4 ਤੇ ਉਹ ਜ਼ਿਆਦਾ ਨੀਚੇ ਹੈਗੇ ਉਹਨਾਂ ਦੇ ਉੱਤੇ ਨਹੀਂ ਜਾਣਾ ਚਾਹੀਦਾ ਉਹ ਆਇਲ ਮੈਂ ਪ੍ਰਮੋਟ ਵੀ ਨਹੀਂ ਕਰਦੀ ਨਾ ਹੀ ਮੇਰੇ ਕੋਲ ਹੈਗੇ ਆ ਡਾਇਰੈਕਟ ਉਹਨਾਂ ਦੇ ਉਹ ਨਾ ਹੀ ਆਈ ਨੈਵਰ ਸੈਂਡ ਐਨੀ ਸਟੂਡੈਂਟ ਔਰ ਨਾ ਹੀ ਵੀਜ਼ਾ ਮੈਨੂੰ ਲੱਗਦਾ ਉਹਨਾਂ ਤੇ ਮਿਲਦਾ ਹੋਏਗਾ ਕੈਟੇਗਰੀ 1 ਐਂਡ 2 ਉਹ ਹਾਈ ਕਮਿਸ਼ਨ ਉਹਨਾਂ ਨੂੰ ਇਕੁਅਲ ਲੈਵਲ ਤੇ ਹੀ ਦੇਖਦਾ ਹੁਣ ਜਿਵੇਂ ਆਪਾਂ ਗੱਲ ਕਰੀਏ ਡਾਇਰੀ ਦਾ ਕੋਰਸ ਲਾਸਟ ਕੁਝ ਸਮੇਂ ਦੇ ਵਿੱਚ ਕਾਫੀ ਡਿਮਾਂਡ ਦੇ ਵਿੱਚ ਰਿਹਾ ਡਾਇਰੀ ਫਾਰਮਿੰਗ ਨਾਲ ਰਿਲੇਟਡ ਜਿਹਨੂੰ ਡਿਪਲੋਮਾ ਇਨ ਅਪਲਾਈਡ ਟੈਕਨੋਲੋਜੀ ਵੀ ਕਿਹਾ ਗਿਆ ਉਹਦੇ ਵਿੱਚ ਬੱਚੇ ਕਾਫੀ ਇੰਟਰਸਟ ਦਿਖਾ ਰਹੇ ਸੀ ਵੁੱਡ ਮੈਨੂਫੈਕਚਰਿੰਗ ਦੇ ਵਿੱਚ ਬੱਚਿਆਂ ਨੇ ਕਾਫੀ ਇੰਟਰਸਟ ਦਿਖਾਇਆ ਵੀ ਸਕਿਲਡ ਕੋਰਸਿਸ ਵੱਲ ਬੱਚੇ ਦਾ ਝੁਕਾਅ ਵਧ ਰਿਹਾ ਹੈ ਸਕਿਲਡ ਕੋਰਸਿਸ ਦੇ ਵਿੱਚ ਉਹਦਾ ਪਲੱਸ ਪੁਆਇੰਟ ਇਹ ਹੈਗਾ ਨਾ ਕਿ ਨਿਊਜ਼ੀਲੈਂਡ ਜਿਹੜੀ ਹੈ ਉਹ ਇੱਕ ਡਿਵੈਲਪਿੰਗ ਕੰਟਰੀ ਹੈ ਉਹਦੇ 'ਚ ਤੁਹਾਡੀ ਜਿਹੜੀ ਜੋਬਸ ਅੱਗੇ ਜਿਹੜੀ ਅਵੇਲੇਬਲ ਹੈ ਉਹ ਤੁਹਾਨੂੰ ਸਕਿਲਡ ਕੋਰਸਿਸ ਹੀ 'ਚ ਜ਼ਿਆਦਾ ਮਿਲਿਆ ਜਿਵੇਂ ਮੈਂ ਤੁਹਾਨੂੰ ਪਹਿਲੇ ਕੋਰਸ ਸਟਾਰਟ ਕਰਨ ਤੋਂ ਪਹਿਲੇ ਅਸੀਂ ਗੱਲ ਕੀਤੀ ਕਿ ਸਕਿਲਡ ਤੁਸੀਂ ਆ ਜਾਓ ਕਿ ਸਿਵਲ ਇੰਜੀਨੀਅਰਿੰਗ ਉਹਨਾਂ ਨੇ ਕਿਹਾ ਕਿ 30,000 ਸਿਵਲ ਇੰਜੀਨੀਅਰਸ ਚਾਹੀਦੇ ਨੇ ਤਾਂ ਉਸ ਹੀ ਐਸਾ ਸਾਡੇ ਕੋਲ ਅਪਡੇਟ ਆਉਂਦੇ ਰਹਿੰਦੇ ਇਹੀ ਔਰ ਬੇਸਿਕਲੀ ਉਹਨਾਂ ਨੂੰ ਸਕਿਲ ਲੋਕ ਹੀ ਚਾਹੀਦੇ ਨੇ ਜਿਹੜੇ ਸਕਿਲਡ ਹੈ ਬੇਸਿਕਲੀ ਫਿਰ ਜਿਹੜੀ ਉਹਨਾਂ ਦੀ ਪਾਲਿਸੀ ਹੈ ਸਟੱਡੀ ਵਰਕ ਐਂਡ ਲਿਵ ਇਹ ਉੱਚ ਹੀ ਕਾਊਂਟ ਕਰਦੀ ਵੀ ਸਕਿਲਡ ਵਰਕਰਸ ਨੂੰ ਦਿੱਤੀ ਜਾਏਗੀ ਬਿਲਕੁਲ ਜਦੋਂ ਹਰ ਤਰ੍ਹਾਂ ਦਾ ਬੱਚਾ ਇਸ ਸ਼ੋਅ ਦੇ ਨਾਲ ਵੀ ਜੁੜਦਾ ਉਹਦੇ ਅਲੱਗ ਅਲੱਗ ਸਵਾਲ ਹੁੰਦੇ ਨੇ ਜਦੋਂ ਤੁਹਾਡੇ ਤੱਕ ਬੱਚੇ ਵਿਜ਼ਿਟ ਕਰਦੇ ਨੇ ਖਾਸ ਪੰਜਾਬ ਵਾਲੀ ਜਦੋਂ ਪ੍ਰੋਫਾਈਲਸ ਆਉਂਦੀਆਂ ਨੇ ਕਿਸ ਤਰ੍ਹਾਂ ਦੇ ਡਾਊਟਸ ਨੇ ਉਹਨਾਂ ਦੇ ਜਿਹੜੇ ਨਿਊਜ਼ੀਲੈਂਡ ਨੂੰ ਲੈ ਕੇ ਸਭ ਤੋਂ ਵੱਡਾ ਤਾਂ ਫੰਡਸ ਦਾ ਉਹਨਾਂ ਨੂੰ ਡਾਊਟ ਆ ਫੰਡਸ ਦੇ ਉੱਤੇ ਕੋਈ ਏਜੰਟ ਅੱਛੀ ਤਰ੍ਹਾਂ ਸਮਝਾ ਹੀ ਨਹੀਂ ਰਿਹਾ ਕਿਸੇ ਏਜੰਟ ਨੂੰ ਜ਼ਿਆਦਾ ਤਾਂ ਲੋਕਾਂ ਨੂੰ ਸਮਝ ਹੀ ਨਹੀਂ ਆ ਰਿਹਾ ਕਿ 3 ਮਹੀਨੇ ਪੁਰਾਣੇ 6 ਮਹੀਨੇ ਪੁਰਾਣੇ ਜਾਂ 1 ਸਾਲ ਦੇ ਫੰਡਸ 2 ਸਾਲ ਦੇ ਫੰਡਸ ਕੀ ਕਰਨਾ ਹੈ ਕਿਸ ਤਰ੍ਹਾਂ ਕਰਨਾ ਉਹਨਾਂ ਨੂੰ ਇਸ਼ੂ ਇਹ ਪ੍ਰੋਬਲਮ ਕਿੱਥੇ ਆ ਰਹੀ ਫੰਡਸ ਹੈ ਹੀ ਨਹੀਂ ਜਾਂ ਫੰਡਸ ਕਿੱਦਾਂ ਸ਼ੋਅ ਹੋ ਰਹੇ ਨੇ ਐਕਸੈਪਟੇਬਲ ਕੀ ਨੇ ਫੰਡਸ ਹੈ ਹੀ ਨਹੀਂ ਕਈ ਵਾਰੀ ਐਸਾ ਹੁੰਦਾ ਕਿ ਸਟੂਡੈਂਟ ਕੋਲ ਫੰਡਸ ਹੈਗੇ ਆ ਲੇਕਿਨ ਫਿਰ ਵੀ ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਨਹੀਂ ਇਹਦੇ 'ਚ ਤੇਰੀ ਟ੍ਰਾਂਜੈਕਸ਼ਨ ਹੈ ਇਹ ਹੈ ਉਹ ਹੈ ਐਸਾ ਕਰ ਤੂੰ ਮੇਰੇ ਕੋਲ 20 ਲੱਖ ਰੁਪਏ ਦਾ ਨਾ ਤੂੰ ਐਜੂਕੇਸ਼ਨ ਲੋਨ ਮੈਂ ਤੇਰਾ ਦਿਖਾ ਦੇਣਾ ਮੈਂ ਤੇਰਾ 15 ਲੱਖ ਦਾ ਦਿਖਾ ਦੇਣਾ ਉਹ ਉਸ ਚੀਜ਼ 'ਚ ਸਟੂਡੈਂਟ ਜਿਹੜਾ ਸਟੂਡੈਂਟ ਕੋਲ ਕੈਪੈਸਿਟੀ ਹੈ
ਪੰਜਾਬ ਦੇ ਬਿਲਕੁਲ ਜੀ ਹੈ ਪੰਜਾਬ ਕੀ ਮੈਂ ਦਿੱਲੀ ਦੇ ਸਟੂਡੈਂਟ ਨੂੰ ਫੰਡਸ ਉਹਨਾਂ ਨੇ 6 ਮਹੀਨੇ ਪੁਰਾਣੇ ਫੰਡਸ ਕਹੇ ਨੇ ਤੇ 6 ਮਹੀਨੇ ਦਾ ਮਤਲਬ ਇਹ ਹੋ ਜਾਂਦਾ ਹੈ ਇਹਦੇ ਵਿੱਚ ਇਹ ਨਹੀਂ ਹੈ ਕਿ 6 ਮਹੀਨੇ ਪੁਰਾਣੇ ਤੁਸੀਂ ਲੈ ਕੇ ਰੱਖੀ ਰਹੋ 6 ਮਹੀਨੇ ਦਾ ਮਤਲਬ ਇਹ ਹੁੰਦਾ ਹੈ ਕਿ 6 ਮਹੀਨੇ ਤੱਕ ਤੁਸੀਂ ਆਪਣੇ ਆਪ ਨੂੰ ਪ੍ਰਿਪੇਅਰ ਕਰ ਰਹੇ ਹੋ ਕਿ ਮੈਂ ਬਾਹਰ ਜਾਣਾ ਹੈ ਤੇ ਹੁਣ ਮੇਰੇ ਕੋਲ ਇੰਨੇ ਫੰਡਸ ਹੋਣੇ ਚਾਹੀਦੇ ਨੇ ਤੇ ਯੂ ਆਰ ਕੀਪਿੰਗ ਇਹ ਨਹੀਂ ਕਿ ਤੁਸੀਂ ਸਡਨ ਉੱਠ ਕੇ ਕਹਿ ਦਿਓ ਕਿ ਹਾਂ ਠੀਕ ਹੈ ਕੱਲ ਮੈਂ ਸੋਚਿਆ ਚਲੋ ਹੁਣ ਆਫਰ ਲੈਟਰ ਮੰਗਾ ਫਟਾਫਟ ਕਰੋ ਚਲੇ ਜਾਏ 10 ਦਿਨ ਦੇ ਅੰਦਰ ਯੂ ਕਾਂਟ ਪਲਾਨ ਗੋਇੰਗ ਅਬਰਾਡ ਇਨ 10 ਡੇਜ਼ ਤੋ ਯੂ ਹੈਵ ਟੂ ਬੀ ਲਾਈਕ ਕਿ ਕਾਂਸਟੈਂਟ ਇੱਕ ਤੁਹਾਨੂੰ ਇੱਕ ਆਈਡੀਆ ਹੋਣਾ ਚਾਹੀਦਾ ਪਿਛਲੇ 5-6 ਮਹੀਨੇ ਤੋਂ ਤੁਸੀਂ ਉਸ ਚੀਜ਼ ਦੀ ਪਲਾਨਿੰਗ ਕਰ ਰਹੇ ਹੋ ਤੁਸੀਂ ਸੋਚ ਰਹੇ ਹੋ ਤੁਸੀਂ ਆਲਸ ਦਿੱਤਾ ਸਭ ਕੁਝ ਕੀਤਾ ਤਾਂ ਉਹਦੇ 'ਤੇ ਤੁਸੀਂ ਉਹਨੂੰ ਪਲਾਨਿੰਗ ਨਾਲ ਚੱਲੋ ਇੱਕ ਐਸਾ ਨਹੀਂ ਕਿ ਸਡਨ ਕੁਛ ਵੀ ਪਲਾਨ ਨਾ ਕਰੋ ਹੁਣ ਕੀ ਹੁੰਦਾ ਜਦੋਂ ਸੈਮੀਨਾਰਸ ਲੱਗਦੇ ਨੇ ਸੈਮੀਨਾਰਸ ਦੇ ਵਿੱਚ ਰਿਪ੍ਰੈਜੈਂਟੇਟਿਵ ਆਉਂਦੇ ਆ ਕਾਲਜ ਕੋਰ ਦੱਸੇ ਜਾਂਦੇ ਬਟ ਸਭ ਤੋਂ ਵੱਡਾ ਮੁੱਦਾ ਜਿਹੜਾ ਫੰਡਸ ਦਾ ਉਹ ਕਿਤੇ ਵੀ ਕਲੀਅਰ ਨਹੀਂ ਹੁੰਦਾ ਬਿਲਕੁਲ ਜੀ ਕਿਉਂਕਿ ਕਾਲਜ ਵਾਲਿਆਂ ਦਾ ਤਾਂ ਕੋਈ ਉਹਨਾਂ ਨੂੰ ਮਤਲਬ ਹੀ ਨਹੀਂ ਹੈ ਫੰਡਸ ਦੇ ਨਾਲ ਉਹਨਾਂ ਨੂੰ ਤਾਂ ਆਪਣੇ ਕੋਰਸ ਨੂੰ ਦੱਸਣਾ ਉਹਨਾਂ ਨੂੰ ਉਹਨਾਂ ਨੂੰ ਸ਼ਾਇਦ ਕਲੀਅਰ ਵੀ ਨਹੀਂ ਹੋਏਗਾ ਜਾਂ ਕੁਛ ਕਿਉਂਕਿ ਮੈਕਸੀਮਮ ਜਿਹੜੇ ਵੀ ਕਾਲਜਿਸ ਰਿਪ੍ਰੈਜੈਂਟੇਟਿਵ ਹੈਗੇ ਉਹ ਜ਼ਿਆਦਾਤਰ ਇੰਡੀਅਨ ਹੈਗੇ ਨੇ ਮੈਂ ਨਹੀਂ ਕਹਾਂਗੀ ਉਹਨਾਂ ਨੂੰ ਨਹੀਂ ਪਤਾ ਹੋਏਗਾ ਮੈਂ ਕਹਿ ਰਹੀ ਹਾਂ ਕਿ ਉਹਨਾਂ ਨੂੰ ਨੌਲੇਜ ਹੈਗੀ ਹੈ ਇਸ ਚੀਜ਼ ਦੇ ਬਾਰੇ 'ਚ ਬਟ ਵਾਈ ਦੇ ਵਿਲ ਐਕਸਪਲੇਨ ਯੂ ਅਬਾਊਟ ਫੰਡਸ ਉਹਨਾਂ ਨੂੰ ਜ਼ਰੂਰਤ ਹੈ ਕਿਉਂਕਿ ਉਹ ਦੱਸਣ ਵਾਸਤੇ ਅਸੀਂ ਲੋਕ ਬੈਠੇ ਹੋਏ ਹਾਂ ਉਹਨਾਂ ਦਾ ਕੰਮ ਹੈ ਆਪਣੇ ਕੋਰਸ ਦੇ ਬਾਰੇ 'ਚ ਆਪਣੇ ਕਾਲਜ ਬਾਰੇ 'ਚ ਦੱਸਣਾ ਉੱਥੇ ਦੀ ਜੋਬ ਓਪਰਚੁਨਿਟੀਜ਼ ਦੱਸਣਾ ਉਸ 'ਤੇ ਕਾਲਜ ਦੇ ਸਾਰਾ ਏਰੀਆ ਦੇ ਬਾਰੇ 'ਚ ਤੁਹਾਨੂੰ ਸਮਝਾਉਣਾ ਅਬਾਊਟ ਨਿਊਜ਼ੀਲੈਂਡ ਸਮਝਾਉਣਾ ਸਟੂਡੈਂਟ ਦੀ ਉੱਥੇ ਜਾ ਕੇ ਕਿਉਂਕਿ ਇਟਸ ਨੋਟ ਕਿ ਸਟੂਡੈਂਟ ਜਦੋਂ ਇੰਡੀਆ ਬੈਠਾ ਉਹਨੂੰ ਲੱਗ ਰਿਹਾ ਕਿ ਬਹੁਤ ਵੱਡੀ ਗੱਲ ਹੈ ਮੈਂ ਸਾਰਾ ਕੁਝ ਪਤਾ ਕਰ ਲਾਂ ਲੇਕਿਨ ਜਦੋਂ ਰਿਪ੍ਰੈਜੈਂਟੇਟਿਵ ਕਾਲਜ ਦਾ ਬੈਠਾ ਉਹਨੂੰ ਲੱਗ ਰਿਹਾ ਹੈ ਕਿ ਸਟੂਡੈਂਟ ਜਦੋਂ ਮੇਰੇ ਕੋਲ ਆਏਗਾ ਤੇ ਤਦ ਬਹੁਤ ਵੱਡੀ ਗੱਲ ਹੈ ਮੇਨ ਤਾਂ ਚੀਜ਼ਾਂ ਉਹਨੇ ਉੱਥੇ ਜਾ ਕੇ ਫੇਸ ਕਰਨੀਆਂ ਨੇ ਉਹਨੂੰ ਜੋਬ ਮਿਲ ਰਹੀ ਹੈ ਨਹੀਂ ਮਿਲ ਰਹੀ ਉਹਦੀ ਅਕੋਮੋਡੇਸ਼ਨ ਕਿਸ ਤਰ੍ਹਾਂ ਦੀ ਹੋ ਰਹੀ ਹੈ ਜਾਂ ਉਹ ਚੀਜ਼ਾਂ ਜਿਹੜੀਆਂ ਨੇ ਔਰ ਰਿਪ੍ਰੈਜੈਂਟੇਟਿਵ ਸਾਰੀਆਂ ਉਹ ਚੀਜ਼ਾਂ ਗਾਈਡ ਕਰਦੇ ਔਰ ਮੈਨੂੰ ਲੱਗਦਾ ਹੈ ਕਿ ਸਟੂਡੈਂਟ ਨੂੰ ਉਹਨਾਂ ਤੋਂ ਉਹੀ ਚੀਜ਼ਾਂ ਪੁੱਛਣੀਆਂ ਚਾਹੀਦੀਆਂ ਨੇ ਐਕਸੈਪਟੇਬਲ ਫੰਡਸ ਕਿਹੜੇ ਨੇ ਕਿਹੜੇ ਕਿਹੜੇ ਅੱਜ ਨਿਊਜ਼ੀਲੈਂਡ ਦੇ ਵਿੱਚ ਫੰਡ ਚੱਲ ਸਕਦੇ ਨੇ ਐਜੂਕੇਸ਼ਨ ਲੋਨ ਚੱਲ ਸਕਦਾ ਹੈ ਐਫਟੀਸ ਚੱਲ ਸਕਦੀਆਂ ਤੁਹਾਡੀਆਂ ਪੇਰੈਂਟਸ ਦੇ ਫੰਡਸ ਹੋ ਗਏ ਜਾਂ ਗ੍ਰੈਂਡਪੇਰੈਂਟਸ ਦੇ ਫੰਡਸ ਗ੍ਰੈਂਡਪੇਰੈਂਟ ਦਾਦਾ ਦਾਦੀ ਜਾਂ ਨਾਨਾ ਨਾਨੀ ਵੀ ਇਨਕਲੂਡ ਹੋਣ ਦਾਦਾ ਦਾਦੀ ਨਾਨਾ ਨਾਨੀ ਦੋਨੋਂ ਹੋਣ ਹਾਂਜੀ ਜੇ ਇਹ ਮਿਲ ਕੇ ਕੋਈ ਮਾਮਾ ਚਾਚਾ ਤਾਇਆ ਉਹ ਸਭ ਨੇ ਉਹ ਨਹੀਂ ਜਿਵੇਂ ਦਾਦਾ ਦਾਦੀ ਨਾਨਾ ਨਾਨੀ ਤੇ ਪੇਰੈਂਟਸ ਮਿਲ ਕੇ ਇਕੱਠਾ ਇੱਕ ਫੰਡ ਸ਼ੋ ਜਿੰਨੇ ਰਿਕੁਆਇਰਮੈਂਟ ਹੈ ਕਰਨਾ ਚਾਹੁੰਦੇ ਕਰ ਸਕਦੇ ਨੇ ਦੇਖੋ ਉਹਦੇ ਵਿੱਚ ਅੱਜ ਹਾਈ ਕਮਿਸ਼ਨ ਨੂੰ ਇਹ ਪ੍ਰੋਬਲਮ ਹੈ ਕਿ ਉਹ ਕਿੰਨੀ ਚੀਜ਼ ਦੀ ਵੈਰੀਫਿਕੇਸ਼ਨ ਕਰਨਗੇ ਅਗਰ ਤੁਸੀਂ 6 ਫੰਡ ਸਿਖਾ ਰਹੇ ਹੋ ਤਾਂ ਉਹ 6 ਫੰਡ ਦੇ ਵੈਰੀਫਿਕੇਸ਼ਨ ਕਰਦੇ ਰਹਿਣਗੇ ਔਰ 6 ਫੰਡ ਦੇ ਉੱਤੇ ਜਾਂ 5 ਫੰਡ ਹੈ 6 ਫੰਡ ਹੈ ਉਹ ਵੈਰੀਫਿਕੇਸ਼ਨ ਉਹਦੇ ਵਿੱਚ ਤੁਸੀਂ ਮੈਕਸਿਮਮ ਤੁਸੀਂ ਇਹ ਕਹ ਲਓ ਕਿ ਇੱਕ ਅਕਾਊਂਟ ਦੇ 10 ਲੱਖ ਪਿਆ ਸੀ ਉਹ ਵੈਰੀਫਾਈ ਨਹੀਂ ਹੋਇਆ ਤੇ ਉਹਨਾਂ ਨੂੰ ਫਿਰ ਉਸ ਚੀਜ਼ ਦੇ ਉੱਤੇ ਪ੍ਰੋਬਲਮ ਹੈ ਕਿ ਅਗਰ ਤੁਹਾਡੇ 10 ਲੱਖ ਵੈਰੀਫਾਈ ਹੋ ਗਏ ਔਰ ਰੈਸਟ 10 ਨਹੀਂ ਵੈਰੀਫਾਈ ਹੋਏ ਤੇ ਫਿਰ ਪ੍ਰੋਬਲਮ ਹੈ ਤੇ ਇਸ ਕਰਕੇ ਫੰਡਸ ਤੁਸੀਂ ਜੇ ਅਗਰ ਦਿਖਾ ਰਹੇ ਹੋ ਤਾਂ ਕੋਸ਼ਿਸ਼ ਕਰੋ ਕਿ ਮੈਕਸਿਮਮ 2 ਅਕਾਊਂਟ ਦਿਖਾਓ ਇਹ ਨਹੀਂ ਕਿ ਤੁਸੀਂ 4-4 5-5 ਕਿ ਇੱਕ ਮਦਰ ਦਾ ਅਕਾਊਂਟ ਇੱਕ ਫਾਦਰ ਦਾ ਅਕਾਊਂਟ ਹੋ ਗਿਆ ਇੱਕ ਦਾਦੇ ਦਾ ਹੋ ਗਿਆ ਇੱਕ ਨਾਨੇ ਦਾ ਹੋ ਗਿਆ ਇੱਕ ਦਾਦੀ ਦਾ ਹੋ ਗਿਆ ਡੋਨਟ ਡੂ ਦੈਟ ਇਹ ਨਹੀਂ ਚੱਲੇਗਾ ਇੰਟਰਵਿਊ ਵੀ ਬੜਾ ਵੱਡਾ ਇੱਕ ਇਸ਼ੂ ਹੈ ਪੰਜਾਬ ਦੇ ਸਟੂਡੈਂਟਸ ਲਈ ਬਿਲਕੁਲ ਡਰਦੇ ਨੇ ਕਿਤੇ ਹੈ ਮਨ ਦੇ ਵਿੱਚ ਡਰ ਵੀ ਇੰਟਰਵਿਊ ਆਏਗੀ ਪਤਾ ਨਹੀਂ ਕੀ ਪੁੱਛ ਲੈਣਾ ਉਸ ਚੀਜ਼ ਨੂੰ ਲੈ ਕੇ ਕੀ ਕਹਿਣਾ ਇੱਕ ਫਰਕ ਹੈ ਦਿੱਲੀ ਸਟੂਡੈਂਟ ਤੇ ਪੰਜਾਬ ਵਾਲੇ ਚ ਕਿਉਂ ਬਿਲਕੁਲ ਬਹੁਤ ਫਰਕ ਹੈ ਜੀ ਨਹੀਂ ਦਿੱਲੀ ਦਾ ਸਟੂਡੈਂਟ ਵੀ ਡਰਦਾ ਹੈਗਾ ਇੰਟਰਵਿਊ ਵਾਸਤੇ ਅਸੀਂ ਵੀ ਡਰ ਜਾਂਦੇ ਹਾਂ ਇਹੋ ਜਿਹੀ ਗੱਲ ਨਹੀਂ ਹੈਗੀ ਲੇਕਿਨ ਸੱਚ ਇਹ ਹੈਗਾ ਕਿ ਦਿੱਲੀ ਦਾ ਸਟੂਡੈਂਟ ਫਿਰ ਆਪਣੇ ਆਪ ਨੂੰ ਥੋੜਾ ਪ੍ਰਿਪੇਅਰ ਕਰਦਾ ਅਗੇਨ ਜਿਸ ਚੀਜ਼ ਤੋਂ ਅਸੀਂ ਸ਼ੋਅ ਸ਼ੁਰੂ ਕੀਤਾ ਸੀ ਗੱਲ ਉੱਥੇ ਆਦਿ ਹੈ ਦਿੱਲੀ ਦਾ ਸਟੂਡੈਂਟ ਪ੍ਰਿਪੇਅਰ ਕਰਦਾ ਆਪਣੇ ਆਪ ਨੂੰ ਉਹ ਵੈਬਸਾਈਟ ਦੇਖਦਾ ਉਹ ਸਾਰੀ ਚੀਜ਼ਾਂ ਦੇਖਦਾ ਹਾਈ ਕਮਿਸ਼ਨ ਦੀ ਵੈਬਸਾਈਟ ਦੇਖਦਾ ਕਾਲਜ ਦੀ ਵੈਬਸਾਈਟ ਉਹ ਏਜੰਟਾਂ ਦੇ ਗੱਲ ਤੇ ਨਹੀਂ ਮੰਨਦਾ ਉਹ ਕਿਸੇ ਦੀ ਗੱਲ ਤੇ ਨਹੀਂ ਮੰਨਦਾ ਉਹ ਸਭ ਚੀਜ਼ਾਂ ਆਪ ਪੜ੍ਹ ਕੇ ਖੁਸ਼ ਹੈ ਪੰਜਾਬ ਦਾ ਸਟੂਡੈਂਟ ਜਦੋਂ ਸਾਰੀਆਂ ਚੀਜ਼ਾਂ ਉਹਨੇ ਏਜੰਟ ਨੇ ਜੋ ਕਹਿ ਦੀ ਤਾਂ ਉਹ ਉਸੇ ਤੇ ਚੱਲਦਾ ਰਹਿੰਦਾ ਤਾਂ ਉਹਨੇ ਆਪਣੀ ਤਾਂ ਪ੍ਰਿਪਰੇਸ਼ਨ ਕੀਤੀ ਨਹੀਂ ਉਹਨੇ ਤਾਂ ਕੋਰਸ ਕੰਟੈਂਟ ਦੇਖਿਆ ਹੀ ਨਹੀਂ ਉਹਨੂੰ ਕੁਝ ਸਮਝ ਹੀ ਨਹੀਂ ਹੈ ਏਜੰਟ ਨੇ ਕਿਹਾ ਤੈਨੂੰ ਡੇਰੀ ਫਾਰਮਿੰਗ ਦੇ ਦਾਂ ਹਾਂਜੀ ਹਾਂਜੀ ਦੇ ਦਿਓ ਜੀ ਮੈਨੂਫੈਕਚਰਿੰਗ ਦੇ ਦਾਂ ਹਾਂਜੀ ਦੇ ਦਿਓ ਅੱਜ ਤੈਨੂੰ ਮੈਂ ਹਸਪਿਟੈਲਿਟੀ ਦੇ ਦਾਂ ਹਾਂਜੀ ਦੇ ਦਿਓ ਨਹੀਂ ਇਹ ਨਹੀਂ ਚੱਲੇਗਾ ਤੁਸੀਂ ਕੋਰਸ ਆਪਣਾ ਦੇਖੋ ਡੇਰੀ ਫਾਰਮਿੰਗ ਲੈ ਰਹੇ ਹੋ ਕਿਉਂ ਲੈ ਰਹੇ ਹੋ ਮੈਨੂਫੈਕਚਰਿੰਗ ਲੈ ਰਹੇ ਹੋ ਕਿਉਂ ਲੈ ਰਹੇ ਹੋ ਉਹਦੇ ਕੰਟੈਂਟ ਸਾਰੇ ਪੜ੍ਹੋ ਉਹਦੇ ਬਾਰੇ 'ਚ ਕਾਲਜ ਦੇਖੋ ਕਾਲਜ ਕਿਹੜੀ ਜਗ੍ਹਾ ਰੋਟੋਰਵਾ ਹੈ ਕਾਲਜ ਦਾ ਨਾਮ ਕੀ ਹੈ ਕਾਲਜ ਦੀ ਸਪੈਲਿੰਗ ਕੀ ਹੈ ਵੈਬਸਾਈਟ ਕੀ ਹੈ ਈਚ ਐਂਡ ਐਵਰੀਥਿੰਗ ਸਟੱਡੀ ਕਰੋ ਉਹਦੇ ਬਾਅਦ ਤੁਸੀਂ ਇੰਟਰਵਿਊ ਫਿਰ ਤੁਹਾਡੇ ਵਾਸਤੇ ਇੰਟਰਵਿਊ ਹੋਏਗਾ ਨਹੀਂ ਉਹ ਤੇ ਤੁਹਾਨੂੰ ਉਹੀ ਚੀਜ਼ਾਂ ਤਾਂ ਪੁੱਛ ਰਹੇ ਆ ਜਿਹੜੀਆਂ ਤੁਸੀਂ ਐਪਲੀਕੇਸ਼ਨ 'ਚ ਲਗਾਈਆਂ ਨੇ ਪਰ ਉਹ ਮੇਨ ਚੀਜ਼ਾਂ ਜਿਹੜੀਆਂ ਨੇ ਉਹ ਐਸਓਪੀ ਦੇ ਵਿੱਚ ਲਿਖੀਆਂ ਤੇ ਐਸਓਪੀ ਦੇ ਵਿੱਚ ਵੀ ਇਸ਼ੂ ਹੈ ਬੱਚਾ ਇਨਵੋਲਵ ਨਹੀਂ ਹੁੰਦਾ ਜ਼ਿਆਦਾ ਸਭ ਕੁਝ ਇਹੀ ਹੋ ਰਿਹਾ ਨਾ ਫਾਈਲ ਤਾਂ ਏਜੰਟ ਤਿਆਰ ਕਰ ਰਿਹਾ ਅਸੀਂ ਬੇਸਿਕਲੀ ਜੋ ਏਜੰਟ ਇੱਥੇ ਹੋਣਾ ਚਾਹੀਦਾ ਉਹ ਇੱਕ ਹੈਲਪਰ ਹੋਣਾ ਚਾਹੀਦਾ ਕਿ ਕਾਉਂਸਲਰ ਹੋਣਾ ਚਾਹੀਦਾ ਬੇਸਿਕਲੀ ਹਾਂ ਉਹ ਹੈਲਪਰ ਇੱਕ ਕਰੀਅਰ ਕਾਉਂਸਲਰ ਕਹ ਲਓ ਜਾਂ ਹੈਲਪਰ ਹੋਣਾ ਚਾਹੀਦਾ ਕਿ ਠੀਕ ਹੈ ਤੂੰ ਇਹ ਸਭ ਚੀਜ਼ਾਂ ਕਰ ਇਸ ਚੀਜ਼ ਦੇ ਵਿੱਚ ਮੈਂ ਤੇਰੀ ਹੈਲਪ ਕਰ ਰਿਹਾ ਐਸਓਪੀ ਦੇ ਬਾਰੇ 'ਚ
ਸਟੂਡੈਂਟ ਲਈ ਉਹ ਬੇਸਿਕਲੀ ਰਿਜੈਕਸ਼ਨ ਦਾ ਕਾਰਨ ਵੀ ਬਣ ਸਕਦਾ। ਬਿਲਕੁਲ ਬਣ ਰਿਹਾ ਜੀ, ਉਹਨਾਂ ਨੂੰ ਪਤਾ ਹੀ ਨਹੀਂ ਹੈ, ਉਹਨਾਂ ਨੂੰ ਨੌਲੇਜ ਹੀ ਨਹੀਂ ਹੈ। ਸਾਰੇ ਇੰਟਰਵਿਊ ਐਸਓਪੀ ਬੇਸਡ ਹੀ ਹੁੰਦੀ ਹੈ? ਨਹੀਂ ਜੀ, ਸਾਰੇ ਇੰਟਰਵਿਊ ਐਸਓਪੀ 'ਚ ਬੇਸਿਕਲੀ, ਐਸਓਪੀ ਦਾ ਮਤਲਬ ਹੁੰਦਾ ਤੁਸੀਂ ਆਪਣਾ ਪਰਪਸ, ਆਪਣਾ ਸਟੇਟਮੈਂਟ ਦੇ ਰਹੇ ਹੋ ਕਿ ਤੁਸੀਂ ਵਾਈ ਯੂ ਵਾਂਟ ਟੂ ਗੋ ਅਬਰਾਡ। ਐਸਓਪੀ ਦਾ ਮਤਲਬ ਹੈ ਤੁਹਾਡੀ ਸਟੇਟਮੈਂਟ ਆਓ, ਔਰ ਜਦ ਤੁਹਾਡੀ ਸਟੇਟਮੈਂਟ ਉਹਦੇ 'ਚ ਤੁਸੀਂ ਲਿਖ ਦਿੱਤੀ ਤਾਂ ਉਹਦੇ 'ਤੇ ਉਹਦਾ ਮਤਲਬ ਇਹ ਹੋ ਗਿਆ ਕਿ ਤੁਸੀਂ ਆਪਣੇ ਆਪ ਨੂੰ ਡਿਕਲੇਅਰ ਕਰ ਰਹੇ ਹੋ ਕਿ ਵਾਈ ਆਈ ਵਾਂਟ ਟੂ ਗੋ। ਉਹ ਜਦੋਂ ਤੁਸੀਂ ਕਹਿ ਰਹੇ ਹੋ ਤਾਂ ਉਹਦੇ 'ਤੇ ਤੁਹਾਨੂੰ ਨੌਲੇਜ ਤਾਂ ਹੋਣੀ ਚਾਹੀਦੀ ਨਾ। ਉਹੀ ਕੁਐਸਚਨ ਤਾਂ ਤੁਹਾਨੂੰ ਹਾਈ ਕਮਿਸ਼ਨ ਵੀਜ਼ਾ ਆਫਿਸਰ ਪੁੱਛਿਆ ਵੀ ਹੈ, ਜਾਣਾ ਕਿਉਂ ਜਾ ਰਹੇ ਹੋ ਤੁਸੀਂ ਜੀ, ਤੁਹਾਡਾ ਕੋਰਸ ਕੀ ਹੈ, ਤੁਹਾਨੂੰ ਕਿਸ ਤਰ੍ਹਾਂ ਦੀ ਜੋਬ ਮਿਲਣੀ ਹੈ, ਕਿਸ ਤਰ੍ਹਾਂ ਦਾ ਜੋਬ ਤੁਸੀਂ ਆਪਣੀ ਪਲੈਨਿੰਗ, ਅਗਰ ਤੁਸੀਂ ਅੱਜ ਇੱਕ ਕੋਰਸ 'ਤੇ 15 ਲੱਖ ਰੁਪਏ ਲਗਾ ਰਹੇ ਹੋ ਤਾਂ ਤੁਸੀਂ ਉਹਦੇ ਬਾਅਦ ਤੁਹਾਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਇਹਦੀ ਮੈਨੂੰ ਜੋਬ ਕਿਸ ਤਰ੍ਹਾਂ ਦੀ ਮਿਲਣੀ ਹੈ, ਰਿਟਰਨ ਬੈਕ ਹੀ ਹੋਣੀ ਹੈ। ਬਿਲਕੁਲ। ਸੋ ਕੋਈ ਵੀ ਮਨ ਦੇ ਵਿੱਚ ਸਵਾਲ ਤੁਹਾਡੇ ਨਿਊਜ਼ੀਲੈਂਡ ਨੂੰ ਲੈ ਕੇ ਆ ਰਿਹਾ, ਜੋ ਮੈਂ ਨਹੀਂ ਸਾਂਝਾ ਕਰ ਪਾ ਰਿਹਾ, ਤੁਸੀਂ ਆਪਣੀ ਪ੍ਰੋਫਾਈਲ ਬਾਰੇ ਅਸੈਸਮੈਂਟ ਚਾਹੁੰਦੇ ਹੋ, ਸਹੀ ਗਾਈਡੈਂਸ ਚਾਹੁੰਦੇ ਹੋ, ਤਾਂ ਪਰਸਨਲ ਨੰਬਰ ਸੰਦੀਪ ਜੀ ਦਾ ਚਲਾਇਆ ਜਾ ਰਿਹਾ, ਉੱਥੇ ਕਾਲ ਕਰਕੇ ਆਪਣੀ ਜਾਣਕਾਰੀ ਲੈ ਸਕਦੇ ਹੋ, ਜਾਂ ਜਲੰਧਰ ਆਫਿਸ ਦਾ ਐਡਰੈਸ ਚੱਲ ਰਿਹਾ, ਉੱਥੇ ਵਿਜ਼ਿਟ ਵੀ ਕੀਤਾ ਜਾ ਸਕਦਾ। ਹੁਣ ਮੈਂ ਗੱਲ ਕਰਨਾ ਚਾਹੁੰਦਾ ਕੈਨੇਡਾ ਬਾਰੇ। ਮੈਮ ਕੈਨੇਡਾ ਪ੍ਰੈਜੈਂਟ ਸਿਨੈਰੀਓ ਕੀ ਦੇਖ ਰਹੇ ਹੋ? ਵੀਜ਼ਾਸ ਕਾਫੀ ਆ ਰਹੇ ਨੇ, ਬੱਚਿਆਂ ਦਾ ਝੁਕਾਅ ਵੀ ਬਹੁਤ ਹੈ। ਅੱਛਾ ਚੱਲ ਰਿਹਾ ਕੈਨੇਡਾ ਤੋਂ ਇਸ ਟਾਈਮ। ਮੇਰੇ ਕੋਲ ਤਾਂ ਸਾਰੇ ਕਾਲਜਿਸ ਹੈਗੇ ਆ, ਸਾਰੇ ਏਰੀਆ ਦੇ ਵਿੱਚ ਹੈ, ਤੁਸੀਂ ਇਹ ਕਹਿ ਲਓ। ਪਲੱਸ ਪੁਆਇੰਟ ਇਹ ਹੈਗੀ ਹੈ ਕਿ ਇਸ ਟਾਈਮ ਕੈਨੇਡਾ ਵੀਜ਼ਾ ਆ ਰਿਹਾ। ਕੈਨੇਡਾ ਬੇਸਿਕਲੀ ਪੋਜ਼ਿਟਿਵ ਪ੍ਰੋਫਾਈਲ ਕਿਹਨੂੰ ਦੇਖਦੇ ਹੋ? ਮੈਕਸਿਮਮ ਤੁਸੀਂ ਇਹ ਕਹਿ ਲਓ ਕਿ ਸਾਰੇ ਸਬਜੈਕਟ ਵਿੱਚ ਮੋਰ ਦੈਨ 50% ਮਾਰਕਸ ਹੋਣੇ ਚਾਹੀਦੇ। ਆਲਸ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ 5.5 ਨੂੰ ਪ੍ਰਮੋਟ ਨਹੀਂ ਕਰਾਂਗੀ, ਆਲਸ 6.5 ਹੀ ਲੈ ਕੇ ਆਓ, ਔਰ ਉਹਦੇ 'ਤੇ ਹੀ ਅਸੀਂ ਫਾਈਲ ਕਰਾਂਗੇ। ਜਿਹੜਾ ਐਸ ਪੀ ਪੀ ਹੈ, ਸਟੂਡੈਂਟ ਪਾਰਟਨਰਸ਼ਿਪ ਪ੍ਰੋਗਰਾਮ, ਉਹਦੇ ਵਿੱਚ ਹੀ ਜ਼ਿਆਦਾ ਤੁਸੀਂ ਮਤਲਬ ਡੀਲ ਕਰਨਾ ਚਾਹੁੰਦੇ ਹੋ? ਡੈਫੀਨੇਟਲੀ, ਉਹ ਤਾਂ ਡਿਊ ਟੂ ਸਕਸੈਸ ਰੇਟ ਔਰ ਡਿਊ ਟੂ ਸਕਸੈਸ ਰੇਟ। ਬਿਲਕੁਲ ਜੀ। ਕੈਨੇਡਾ ਜਾਣ ਵਾਲਾ ਸਟੂਡੈਂਟ ਮੋਸਟਲੀ ਅਸੀਂ ਦੇਖਦੇ ਹਾਂ ਜ਼ਿਆਦਾਤਰ ਅਵੇਅਰ ਹੁੰਦਾ, ਬਟ ਤੁਸੀਂ ਐਕਚੁਅਲੀ ਇਹਨੂੰ ਕਿਵੇਂ ਦੇਖ ਰਹੇ ਹੋ? ਅੱਜ ਉਹ ਵੀ ਕਨਫਿਊਜ਼ਡ ਹੈ ਜਾਂ ਉਹ ਅਵੇਅਰ ਹੈ ਪ੍ਰੋਪਰਲੀ ਕੋਰਸਿਸ ਨੂੰ ਲੈ ਕੇ? ਨਹੀਂ, ਕੈਨੇਡਾ ਦੇ ਸਟੂਡੈਂਟ ਨੂੰ ਜੋ ਪ੍ਰੋਬਲਮ ਆ ਰਹੀ ਹੈ ਉਹ ਆ ਰਹੀ ਹੈ ਕਿ ਏਜੰਟ ਕੀ ਕਰ ਰਿਹਾ ਕਿ ਉਹਦੇ ਕੋਲ ਨਾ 3 ਜਾਂ 4 ਕਾਲਜਿਸ ਹੈਗੇ ਆ, 3 ਜਾਂ 4 ਕਾਲਜਿਸ ਦਾ ਲੂਪ ਲੈ ਕੇ ਬੈਠਾ। ਉਹ ਕੀ ਕਰਦੇ ਆ ਕਿ ਉਹ ਸਟੂਡੈਂਟ ਨੂੰ ਨਾ ਕੋਸ਼ਿਸ਼ ਕਰਦਾ ਕਿਸੇ ਵੀ ਪ੍ਰੋਫਾਈਲ ਦਾ ਸਟੂਡੈਂਟ ਆ ਰਿਹਾ ਉਹ 4 ਕਾਲਜਿਸ ਵਿੱਚ ਪੜ੍ਹਦੀ ਹੈ, ਤਾਂ ਕਿ ਮੇਰਾ ਸਟੂਡੈਂਟ ਨਾ ਅੱਜ ਐਕਸ ਵਾਈ ਜੈਡ ਕੋਲ ਨਾ ਜਾਏ, ਮੇਰਾ ਤੁਹਾਡੇ ਕੋਲ ਨਾ ਆਏ ਉਹਦਾ ਉਹਦੇ ਕੋਲ ਨਾ ਜਾਏ, ਤਾਂ ਉਹ ਇਹੀ ਤਰੀਕਾ ਕਰ ਰਿਹਾ। ਉਹਦੇ 'ਚ ਸਟੂਡੈਂਟ ਦਾ ਪ੍ਰੋਫਾਈਲ ਉਹ ਖਰਾਬ ਕਰ ਦਿੰਦਾ। ਕੈਨੇਡਾ ਵਿੱਚ ਕੁਛ ਵੀ ਨਹੀਂ, ਨਾ ਤੁਸੀਂ ਫੰਡ ਸ਼ੋਅ ਕਰਨੇ ਹੈ, ਨਾ ਤੁਸੀਂ ਕੋਈ ਫਾਈਲ ਬੇਸਿਕਲੀ ਬਣਾਉਣੀ ਹੈ, ਕੁਛ ਵੀ ਨਹੀਂ ਹੈ। ਤੁਸੀਂ ਜੀ ਆਈ ਸੀ ਭੇਜਣਾ, ਤੁਸੀਂ ਫੀਸ ਭੇਜਣੀ ਆ, ਤੁਹਾਡਾ ਵੀਜ਼ਾ ਉਹ ਹੈ। ਕੈਨੇਡਾ ਵਿੱਚ ਜੋ ਇੱਕ ਚੀਜ਼ ਮੈਂ ਨਾ ਉਹ ਆਏਗੀ ਕੋਰਸ ਰੈਲੇਵੈਂਸੀ, ਦੈਟ ਇਜ਼ ਬੇਸਿਕਲੀ ਅ ਮੇਜਰ ਥਿੰਗ, ਉਹ ਜ਼ਰੂਰੀ ਆ। ਤੁਸੀਂ ਉਸ ਕੰਸਲਟੈਂਟ ਕੋਲ ਜਾਓ ਜਿਹਦੇ ਕੋਲ ਤੁਹਾਡੇ ਕੋਲ ਐਂਪਲ ਆਫ ਚੋਇਸਿਸ ਹੈਗੀ ਹੈ। ਇਹ ਨਹੀਂ ਕਿ ਉਹ 3-4 ਕਾਲਜ ਲੈ ਕੇ ਬੈਠਾ, ਉਹਦੇ ਵਿੱਚ ਉਹ ਭਰਨ ਦੀ ਕੋਸ਼ਿਸ਼ ਕਰ ਰਿਹਾ ਕਿ ਭਈ ਮੇਰੀ ਕਮਿਸ਼ਨ ਘੱਟ ਹੋ ਜਾਏਗੀ, ਮੈਂ ਕੋਸ਼ਿਸ਼ ਕਰਨ ਵਾਦੇ ਜੀ ਵਾਰਾਂ, ਦੈਟ ਇਜ਼ ਬੈਡ ਥਿੰਗ। ਹੁਣ ਬੇਸਿਕਲੀ ਜੇ ਆਪਾਂ ਰੀਜ਼ਨ ਆਫ ਰਿਜੈਕਸ਼ਨ ਵੀ ਦੇਖੀਏ ਕੈਨੇਡਾ ਵਿੱਚ, ਦੈਟ ਬਿਕੋਜ਼ ਆਫ ਨੋਨ ਰੈਲੀਵੈਂਟ ਕੋਰਸ, ਮੇਨ ਉਹੀ ਮੁੱਦਾ ਰਹਿੰਦਾ ਤੁਹਾਡੇ ਲਈ। ਬਿਲਕੁਲ। ਕੋਰਸ ਸਿਲੈਕਸ਼ਨ ਦੇ ਵਿੱਚ ਬੱਚੇ ਦਾ ਤੇ ਕੰਸਲਟੈਂਟ ਦਾ ਰੋਲ ਕਿੰਨਾ ਕੁ ਹੋਣਾ ਚਾਹੀਦਾ ਆਪਸ ਦੋਨਾਂ ਦਾ? ਬੱਚੇ ਨੂੰ ਤੇ ਦੇਖੋ, ਕੋਰਸ ਬੱਚੇ ਨੇ ਜੋ ਪ੍ਰੀਵੀਅਸ ਕੁਆਲੀਫਿਕੇਸ਼ਨ ਕੀਤੀ ਉਹਨੂੰ ਨੌਲੇਜ ਹੈਗੀ, ਮੈਂ ਸਬਜੈਕਟ ਪੜ੍ਹ ਲੈਣੇ ਪਾਸ ਤੇ ਉਹ ਤਾਂ ਹੀ ਹੋਇਆ ਹੋਏਗਾ ਨਾ, ਜੇਕਰ ਉਹਨੂੰ ਨੌਲੇਜ ਆ। ਕਮੀ ਕਿੱਥੇ ਆ ਰਹੀ ਸੰਦੀਪ ਜੀ? ਜਿਵੇਂ ਹੁਣ ਬੱਚਾ ਸਪੋਜ਼ ਆਪਾਂ ਪੀਐਸਐਮ ਦੀ ਗੱਲ ਕਰੀਏ, ਜਾਂ ਪੀਸੀ ਜੋ ਪੀਸੀਐਮ ਦੀ ਸੋਰੀ ਗੱਲ ਹੁੰਦੀ ਹੈ, ਤਾਂ ਕੈਮਿਸਟਰੀ ਦੇ ਵਿੱਚ ਬੱਚੇ ਦੇ ਨੰਬਰ ਵੱਧ ਨੇ, ਮੈਥ ਦੇ ਵਿੱਚ ਘੱਟ ਨੇ, ਕੋਰਸ ਉਹ ਲੈ ਲਿਆ ਜਾਂਦਾ ਜਿਹਦੇ ਵਿੱਚ ਮੈਥ ਚਾਹੀਦਾ, ਤੇ ਫਿਰ ਐਸੇ ਸਟੂਡੈਂਟ ਨੂੰ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਨਾ, ਉਹਨਾਂ ਨੂੰ ਕੈਨੇਡਾ ਅਪਲਾਈ ਨਹੀਂ ਕਰਨਾ। ਮੈਂ ਐਸੇ ਸਟੂਡੈਂਟ ਨੂੰ ਇਹ ਗਾਈਡ ਕਰਨੀ ਹੈ ਕਿ ਇਹ ਤੁਹਾਡਾ ਹੋਣਾ ਨਹੀਂ ਹੈ। ਤੁਸੀਂ ਐਸੀ ਨੂੰ ਦੇਖੋ, ਕੇਸ ਕਿਸੇ ਦਾ ਪ੍ਰੋਫਾਈਲ ਖਰਾਬ ਕਰਨ ਤੋਂ ਬੈਟਰ ਇਹ ਹੈਗਾ ਕਿ ਉਹਨੂੰ ਮਨਾ ਕਰ ਦਿਓ ਕਿ ਤੁਹਾਡਾ ਇਸ ਕੰਟਰੀ ਨਹੀਂ ਹੋਣਾ, ਤੁਸੀਂ ਇੰਡੀਆ ਪੜੋ ਆ, ਇੰਡੀਆ 'ਚ ਕਿਹੜੇ ਕੱਟ ਆਪਸ਼ਨ ਹੈਗੇ ਆ। ਪਰ ਹੁਣ ਜਿਵੇਂ ਇਹਦੇ ਵਿੱਚ ਇਹ ਵੀ ਮੈਟਰ ਕਰਦਾ, ਹੁਣ ਜਿਹੜੇ ਸਬਜੈਕਟ ਦੇ ਵਿੱਚ ਵੱਧ ਨੰਬਰ ਨੇ, ਤੁਸੀਂ ਇੱਕ ਪਰਫਾਰਮ ਵਧੀਆ ਕਰ ਰਹੇ ਹੋ, ਉਹਦੇ ਨਾਲ ਰਿਲੇਟਡ ਹੀ ਸਬਜੈਕਟ ਅੱਗੇ ਲਿਆ ਜਾਵੇ, ਉਹ ਤਾਂ ਤੁਸੀਂ ਇਸ ਤਰ੍ਹਾਂ ਹੀ ਕਰੋ, ਉਹਦਾ ਡੈਫੀਨੇਟਲੀ ਰੈਲੇਵੈਂਸੀ ਤਾਂ ਤੁਹਾਡੀ ਤਾਂ ਹੀ ਬਣੇਗੀ, ਕਿਉਂਕਿ ਔਰ ਤੁਹਾਡਾ ਇੰਟਰਸਟ ਵੀ, ਜਿਸ ਸਬਜੈਕਟ 'ਚ ਤੁਹਾਡੇ ਜ਼ਿਆਦਾ ਨੰਬਰ ਆਉਣਗੇ ਇਹਦਾ ਮਤਲਬ ਇਹ ਹੋ ਗਿਆ ਕਿ ਤੁਸੀਂ ਉਸ ਸਬਜੈਕਟ 'ਚ ਇੰਟਰਸਟਡ ਸੀ, ਤਦ ਤੁਸੀਂ ਜ਼ਿਆਦਾ ਪੜ੍ਹੇ ਉਹਦੇ 'ਚ। ਹਾਂ ਜੋ, ਸੋ ਕੈਨੇਡਾ ਨੂੰ ਲੈ ਕੇ ਵੀ ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਹੈ, ਸਾਂਝਾ ਕਰਨਾ ਚਾਹੁੰਦੇ ਹੋ ਤਾਂ ਡਾਇਰੈਕਟ ਸੰਦੀਪ ਜੀ ਦੇ ਨੰਬਰ 'ਤੇ ਕਾਲ ਕਰਕੇ ਰਾਬਤਾ ਕਾਇਮ ਕਰ ਸਕਦੇ ਹੋ, ਅਪਾਇੰਟਮੈਂਟ ਨਹੀਂ ਮਿਲਿਆ ਵੀ ਜਾ ਸਕਦਾ, ਅਤੇ ਇਹਨਾਂ ਦਾ ਐਡਰੈਸ ਵੀ ਚੱਲ ਰਿਹਾ ਆਫਿਸ ਦਾ ਜਲੰਧਰ ਵਿਖੇ, ਵੀ ਵਿਜ਼ਿਟ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਸਮਾਂ ਆਲਮੋਸਟ ਪੂਰਾ ਹੋ ਚੁੱਕਿਆ, ਕੋਈ ਖਾਸ ਮੈਸੇਜ ਐਜ ਐਡਵਾਈਜ਼ਰ ਵੱਲੋਂ ਜਿਹੜਾ ਸਾਡੇ ਦਰਸ਼ਕਾਂ ਲਈ? ਮੈਂ ਇਹ ਕਹਾਂਗੀ ਕਿ ਮੈਂ ਖੁਦ ਜਲੰਧਰ ਬੈਠੀ ਹਾਂ, ਤੁਸੀਂ ਮੈਨੂੰ ਆਓ, ਮਿਲੋ, ਮੇਰੇ ਤੋਂ ਜਿੰਨੀ ਇਨਫੋਰਮੇਸ਼ਨ ਲੈ ਸਕਦੇ ਹੋ। ਤਾਂ ਇਸ ਤਰ੍ਹਾਂ ਕੋਈ ਨਹੀਂ ਹੈ ਕਿ ਕੋਈ ਫੀਸ ਚਾਰਜ ਹੈ ਜਾਂ ਕੁਛ ਵੀ ਨਹੀਂ ਹੈ, ਨੋ ਫਾਈਲ ਚਾਰਜ ਇਜ਼ ਨਥਿੰਗ, ਫਰੀ ਆਫ ਕੋਸਟ ਹੈ, ਬਿਕੋਜ਼ ਅਸੀਂ ਕੋਲੇਜਿਸ ਦੇ ਆਥੋਰਾਈਜ਼ ਏਜੰਟ ਹੈਗੇ ਹਾਂ। ਇਸ ਤਰ੍ਹਾਂ ਨਹੀਂ ਮੈਂ ਕੁਛ ਵੀ ਫੀਸ ਵਗੈਰਾ ਚਾਰਜ ਕਰਦੇ ਹਾਂ, ਅਤੇ ਤੁਸੀਂ ਆਓ, ਮਿਲੋ, ਗੱਲਾਂ ਕਰੋ ਮੇਰੇ ਨਾਲ, ਡਿਸ